ਸਾਡੇ ਸਿੱਖ ਧਰਮ ਦੇ ਵਿੱਚ ਹੋਲਾ ਮਹੱਲਾ ਦਾ ਤਿਉਹਾਰ ਹੈ ਉਹਦਾ ਇਤਿਹਾਸ ਹੈ ਉਹਦੇ ਬਾਰੇ ਡਿਸਕਸ ਕਰਾਂਗੇ ਹੋਲਾ ਮਹੱਲਾ ਇੱਕ ਵੱਖਰੀ ਚੀਜ਼ ਜੋ ਸਿੱਖਾਂ ਲਈ ਖਾਲਸੇ ਪੰਥ ਲਈ ਇਹ ਇਹ ਤਿਉਹਾਰ ਹੈ ਇਹਦੀ ਕੀ ਅਹਿਮੀਅਤ ਹੈ ਕੀ ਬੈਕਗ੍ਰਾਉਂਡ ਹੈਗੀ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇ ਕੀ ਉਹ ਸਾਰਾ ਜਿਹੜਾ ਹੋਲਾ ਮਹੱਲਾ ਹੈ ਖਾਲਸੇ ਦੇ ਨਿਆਰੇਪਨ ਦਾ ਵਿਲੱਖਣਤਾ ਦਾ ਅਡਰੇਪਨ ਦਾ ਪ੍ਰਤੀਕ ਹੈ ਉਦਨੇ ਬਾਣੀ ਚ ਸ਼ਬਦ ਵਰਤੇ ਆ ਕਿ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਆਤ ਲਾਲਦੇਵ ਜਿਹੜਾ ਮੈਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜਿਆ ਆ ਤੇ ਜਿਹੜੀ ਮੈਂ ਸੰਤ ਜਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਬੰਦਗੀ ਦਾ ਰੰਗ ਆਪਣੇ ਆਪ ਨੂੰ ਚੜਿਆ ਇਹੋ ਹੀ ਮੇਰੇ ਵਾਸਤੇ ਹੋਲੀ ਆ ਬਟ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਹੋਲਾ ਮਹੱਲਾ ਦਾ ਅਰਥ ਕੀ ਹੋਲਾ ਮਹੱਲਾ ਦਾ ਮਤਲਬ ਹੁੰਦਾ ਹਮਲਾ ਤੇ ਜਾਏ ਹਮਲਾ ਜਾਏ ਹਮਲਾ ਦਾ ਮਤਲਬ ਹੁੰਦਾ ਹੋਲਾ ਦਾ ਮਤਲਬ ਹਮਲਾ ਇਹ ਮਹੱਲਾ ਦਾ ਹਮਲਾ ਕਰਨ ਦੀ ਥਾਂ ਜਗਾ ਜਸ ਪੰਜਾਬੀ ਦੇਖਦੇ ਹੋਏ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਸਾਰਿਆਂ ਨੂੰ ਅੱਜ ਇਸ ਲਾਈਵ ਪ੍ਰੋਗਰਾਮ ਦੇ ਵਿੱਚ ਇੱਕ ਬੜੀ ਫਿਰ ਸਵਾਗਤ ਅਮ ਕੁਝ ਅਪਡੇਟਸ ਹੈਗੇ ਆ ਤੁਹਾਡੇ ਲਈ ਬਟ ਅੱਜ ਮੈਂ ਪ੍ਰੋਗਰਾਮ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਥੋੜੀ ਜੀ ਜੋ ਸਾਡੇ ਸਿੱਖ ਧਰਮ ਦੇ ਵਿੱਚ ਹੋਲਾ ਮਹੱਲੇ ਦਾ ਤਿਉਹਾਰ ਹੈ ਉਹਦਾ ਇਤਿਹਾਸ ਹੈ ਉਹਦੇ ਬਾਰੇ ਡਿਸਕਸ ਕਰਾਂਗੇ ਆਈ نو ਤੋਂ ਦਿਨ ਆਪਾਂ ਲੇਟ ਹੈ ਗਿਆਂ ਬਟ ਅਮ ਅੱਜ ਮੌਕਾ ਮਿਲਿਆ ਤੇ ਇਹਦੇ ਬਾਰੇ ਜਰੂਰ ਮੈਂ ਗੱਲ ਕਰਨਾ ਚਾਹੁੰਦੀ ਆ ਤੇ ਕਿਸ ਤਰ੍ਹਾਂ ਇਹ ਇਤਿਹਾਸ ਅੱਜ ਸਾਨੂੰ ਔਨ ਦਾ ਗਰਾਉਂਡ ਵੇਖਣ ਨੂੰ ਮਿਲ ਰਿਹਾ ਹੈ ਦਿੱਲੀ ਦੇ ਕਿਸਾਨ ਮੋਰਚੇ ਦੇ ਵਿੱਚ ਤੇ ਵੱਖ-ਵੱਖ ਪ੍ਰੋਟੈਸਟ ਸਾਈਟਸ ਦੇ ਵਿੱਚ ਕਿਸ ਤਰ੍ਹਾਂ ਇਸ ਸਾਲ ਹੋਲਾ ਮੱਲਾ ਮਨਾਇਆ ਗਿਆ ਤੇ ਕੀ ਸਾਡਾ ਸਾਡਾ ਤੁਸੀਂ ਕਹਿ ਲੋ ਕਲਚਰ ਸਭਿਆਚਾਰ ਸਾਡੀ ਹਿਸਟਰੀ ਸਾਨੂੰ ਸਿਖਾ ਸਕਦੀ ਹੈ ਤਾਂ ਕਿ ਇਸ ਮੋਰਚੇ ਦੇ ਵਿੱਚ ਜੋ ਇਹ ਕਰੰਟ ਸਾਡੀ ਕਮਿਊਨਿਟੀ ਲਈ ਪੰਜਾਬੀਆਂ ਲਈ ਕਿਸਾਨਾਂ ਲਈ ਜੋ ਇਹ ਜੰਗ ਹੈਗੀ ਉਹਨੂੰ ਕਿਸ ਤਰ੍ਹਾਂ ਜਿੱਤ ਸਕਦੇ ਆ ਕਿਸ ਤਰ੍ਹਾਂ ਆਪਣਾ ਹੌਸਲਾ ਬੁਲੰਦ ਰੱਖ ਸਕਦੇ ਆ ਜੋ ਇਹ ਪਰੰਪਰਾ ਹੈਗੀ ਨਿਹੰਗਾਂ ਦੀ ਉਹਦੇ ਬਾਰੇ ਗੱਲ ਕਰਾਂਗੇ ਕੁਝ ਅਪਡੇਟਸ ਤੁਹਾਡੇ ਲਈ ਪਹਿਲੇ ਮੈਂ ਸ਼ੁਰੂ ਕਰਨਾ ਚਾਹੁੰਦੀ ਆ ਅ ਯੂਨਾਈਟਿਡ ਸਟੇਟਸ ਦੇ ਵਿੱਚ ਇੱਕ ਬਹੁਤ ਹੀ ਵੱਡੀ ਸਿਵਲ ਟ੍ਰਾਇਲ ਅੰਡਰਵੇ ਹੈਗੀ ਡੈਰਿਕ ਸ਼ੋਵਨ ਮਿਨੀਆ ਮਿਨੀਆਪੋਲਿਸ ਦੇ ਪੁਲਿਸ ਆਫੀਸਰ ਜਿਹਨਾਂ ਨੂੰ ਕਿਊਸ ਕੀਤਾ ਗਿਆ ਹੈ ਆਫ ਕਿਲਿੰਗ ਜਾਰਜ ਫਲੌਇਡ ਇਨ ਅਫਰੀਕਨ ਅਮਰੀਕਨ ਜਦੋਂ ਡੈਰਿਕ ਸ਼ੋਵਨ ਨੇ ਆਪਣਾ ਘੁੱਟਣਾ ਜਾਰਜ ਫਲੌਇਡ ਦੇ ਗਰਦਨ ਤੇ ਰੱਖਿਆ ਸੀ ਲਗਭਗ 17 ਮਿੰਟ ਲਈ ਜੇ ਦੇ ਯੂ ਨੋ ਜਸ ਇਨਸੀਡੈਂਟ ਦੇ ਵਿੱਚ ਜਾਰਜ ਫਲੋਇਡ ਦੀ ਮੌਤ ਹੋਈ ਸੀ ਅਮ ਉਸ ਇਨਸੀਡੈਂਟ ਦੀ ਟ੍ਰਾਇਲ ਹੁਣ ਸ਼ੁਰੂ ਹੋਈ ਹੈ ਇਟਸ ਦ ਸੈਕੰਡ ਡੇ ਅਮ ਇਸ ਚੀਜ਼ ਬਾਰੇ ਮੈਂ ਸਿਰਫ ਇੰਨਾ ਕਹਿਣਾ ਚਾਹੁੰਦੀ ਹਾਂ ਯੂਨਾਈਟਿਡ ਸਟੇਟਸ ਦਾ ਪੂਰੀ ਵੇਖ ਹੀ ਰਹੀ ਹੈ ਇਸ ਟ੍ਰਾਇਲ ਨੂੰ ਮੈਂ ਕਹਾਂਗੀ ਕਿ ਹਿਸਟੋਰਿਕ ਤੌਰ ਤੇ ਇਹ ਟ੍ਰਾਇਲ ਸ਼ੁਰੂ ਹੋਈ ਹੈ ਬਿਕੋਜ਼ ਇਹ ਜੋ ਜਾਰਜ ਫਲੋਇਡ ਦੀ ਡੈਥ ਸੀਗੀ ਆ ਭਾਵੇਂ ਇਸ ਕੰਟਰੀ ਦੇ ਵਿੱਚ আফ্রিকਨ ਅਮਰੀਕਨਸ ਆ ਦੇ ਨਾਲ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਪੁਲਿਸ ਦੇ ਨਾਲ ਹੁੰਦਾ ਹੈ ਉਹਦੇ ਸਟੈਟਿਸਟਿਕਸ ਸ਼ੋ ਕਰਦੇ ਹੈ ਕਿ আফ্রিকਨ ਅਮਰੀਕਨਸ ਨੂੰ ਜਿਆਦਾ ਜਾਨ ਲੈਵੇ ਇਨਕਾਊਂਟਰਸ ਹੁੰਦੇ ਹੈ ਪੁਲਿਸ ਦੇ ਨਾਲ ਇੱਥੇ ਕੰਪੇਅਰਡ ਟੂ ਅਦਰ ਮਾਈਨੋਰਟੀ ਗਰੂਪਸ ਉਹਦੇ ਵਿੱਚ ਜਾਰਜ ਫਲੌਇਡ ਦੀ ਇੱਕ ਮੌਤ ਸੀਗੀ ਇਹੋ ਜੀ ਬਟ ਉਸ ਮੌਤ ਨੇ ਕਿਸ ਤਰ੍ਹਾਂ ਦੀ ਰਿਐਕਸ਼ਨ ਪੂਰੇ ਕੰਟਰੀ ਤੋਂ ਅਮ ਟੂ ਸੀ ਕੈਲੋ ਅਵੋਕ ਕੀਤਾ ਪੂਰੀ ਦੁਨੀਆ ਦੇ ਵਿੱਚ ਉਸ ਚੀਜ਼ ਦਾ ਰਿਐਕਸ਼ਨ ਹੋਇਆ ਜਿੰਨੂੰ ਅੱਜ ਆਪਾਂ ਕਹਿ ਸਕਦੇ ਆ ਬਲੈਕ ਲਾਈਵਸ ਮੈਟਰ ਮੂਵਮੈਂਟ ਜੋ ਨੇ ਵੱਡੇ ਲੈਵਲ ਤੇ ਸਾਨੂੰ ਪਿਛਲੇ ਪੂਰੇ ਸਾਲ ਵੇਖਣ ਨੂੰ ਮਿਲੀ ਮੈਂ ਇੱਕ ਸਟੈਟਿਸਟਿਕ ਦੇਖ ਰਹੀ ਸੀ ਕਿ ਦੁਨੀਆ ਦੀ ਸਭ ਤੋਂ ਵੱਡੀ ਪ੍ਰੋਟੈਸਟਸ ਜਦੋਂ ਜੋ ਹੋਈਆਂ ਰੀਸੈਂਟ ਹਿਸਟਰੀ ਦੇ ਵਿੱਚ ਇੱਕ ਥਾਂ ਤੇ ਆਫ ਕੋਰਸ ਸਾਡੀ ਫਾਰਮਰਸ ਪ੍ਰੋਟੈਸਟ ਹੈਗੀ ਜਿਹਦੇ ਵਿੱਚ 1 ਮਿਲੀਅਨ ਤੋਂ ਵੱਧ ਲੋਕੀ ਐਟ ਅ ਟਾਈਮ ਪ੍ਰੋਟੈਸਟ ਕਰ ਰਹੇ ਸੀ ਅਮ ਯੂਨਾਈਟਿਡ ਸਟੇਟਸ ਦੇ ਵਿੱਚ ਵੀ ਬਲੈਕ ਲਾਈਵਸ ਮੈਟਰ ਦੀ ਜੋ ਪ੍ਰੋਟੈਸਟ ਪਿਛਲੇ ਸਾਲ ਹੋਈਆਂ ਹਨ ਉਹਦੀ ਵੀ ਗਿਣਤੀ ਲਗਭਗ 1 ਮਿਲੀਅਨ ਲੋਕਾਂ ਦੀ ਸੀਗੀ ਨੇਸ਼ਨਵਾਈਡ ਅਕ੍ਰੋਸ ਦ ਕੰਟਰੀ ਅਮ ਜਦੋਂ ਜਾਰਜ ਫਲੋਰਡ ਦੀ ਡੈਥ ਤੋਂ ਬਾਅਦ ਪ੍ਰੋਟੈਸਟ ਸ਼ੁਰੂ ਹੋਈਆਂ ਬਲੈਕ ਲਾਈਵਸ ਮੈਟਰ ਸੋ ਇਟਸ ਅ 빅 ਡੀਲ ਕਿਸ ਤਰ੍ਹਾਂ ਇਹ ਟ੍ਰਾਇਲ ਪਲੇ ਆਊਟ ਹੁੰਦੀ ਹੈ ਜ਼ਰੂਰ ਦੇਖਾਂਗੇ ਯੂਨਾਈਟਿਡ ਸਟੇਟਸ ਦੇ ਵਿੱਚ ਤਾਂ ਇਹ ਮੈਂ ਕਵਾਂਗੀ ਅੱਜ ਦੀ ਡੇਟ ਵਿੱਚ ਸਭ ਤੋਂ ਵੱਡੀ ਖਬਰ ਹੈਗੀ ਆ ਕੋਵਿਡ ਨੂੰ ਛੱਡ ਕੇ ਉਸ ਤੋਂ ਬਾਅਦ ਯੂਨਾਈਟਿਡ ਸਟੇਟਸ ਤੋਂ ਅਗਰ ਆਪਾਂ ਥੋੜਾ ਹੋਰ ਅੱਗੇ ਵਧਦੇ ਆ ਸੂਏਜ਼ ਕਨਾਲ ਜੋ ਕਿ ਇੱਕ ਬਹੁਤ ਹੀ ਵੱਡੀ ਕਨਾਲ ਦੁਨੀਆ ਦਾ ਰੋਡਵੇ ਤੁਸੀਂ ਕਹਿ ਲਓ ਸਮੁੰਦਰ ਦੇ ਵਿੱਚ ਜਿਹਦੇ ਰਾਹੀਂ ਯੂ ਨੋ ਇਨ ਦਾ ਹੰਡਰਡਸ ਬੋਟਾਂ ਲੰਘਦੀਆਂ ਡੇਲੀ ਬੇਸਿਸ ਤੇ ਉਹ ਬਲੌਕ ਸੀਗੀ ਫॉर द ਲਾਸਟ ਵੀਕ ਹਫਤੇ ਤੋਂ ਇੱਕ ਸ਼ਿਪ ਦੀ ਐਵਰਗ੍ਰੀਨ অর ਦੀ ਐਵਰ ਗਿਵਨ ਅਮ ਐਜ਼ ਯੂ ਕੈਨ ਸੀ ਜੋ ਸ਼ਿਪ ਦਾ ਨਾਮ ਹੈਗਾ ਫਸੀ ਹੋਈ ਸੀ ਇਸ ਸੂਏਜ਼ ਕਨਲ ਦੀ ਪਿਕਚਰ ਹੈਗੀ ਅਮ ਇਹ ਸ਼ਿਪ ਕਿਸ ਤਰ੍ਹਾਂ ਉੱਥੇ ਫਸਿਆ ਹੈ ਤਾਂ ਕਾਫੀ ਵੱਡਾ ਕੁਐਸਚਨ ਬਣਦਾ ਹੈ ਬਟ 6 ਦਿਨ ਲੱਗ ਗਏ ਇਸ ਸ਼ਿਪ ਨੂੰ ਅਮ ਫ੍ਰੀ ਕਰਨ ਲਈ ਬਹੁਤ ਨੁਕਸਾਨ ਹੋਇਆ ਆ ਪੂਰੀ ਵਰਲਡ ਇਕਨੋਮੀ ਤੇ ਟ੍ਰਾਂਸਪੋਰਟ ਤੇ ਅਸਰ ਪਿਆ ਆ ਤੇ ਸ਼ਿਪ ਦਾ ਸਾਈਜ਼ ਅਗਰ ਤੁਸੀਂ ਸੋਚਣਾ ਹੋਏ ਇਟਸ ਦਾ ਸਾਈਜ਼ ਆਫ ਅ ਸਕਾਈਸਕ੍ਰੇਪਰ ਸੋ ਅਗਰ ਤੁਸੀਂ ਕਿਸੇ ਵੱਡੇ ਸ਼ਹਿਰ ਚ ਰੰਦੇ ਜੋ ਵੱਡੀ ਬਿਲਡਿੰਗਾਂ ਹੁੰਦੀਆਂ ਉਨਾ ਵੱਡਾ ਇਹ ਸ਼ਿਪ ਸੀਗਾ ਤੇ ਫਸ ਗਿਆ ਜਿਸ ਤਰ੍ਹਾਂ ਤੁਸੀਂ ਵੇਖ ਸਕਦੇ ਤੇ ਹਫਤਾ ਲੱਗਿਆ ਨੁਫਰੀ ਕਰਨ ਲਈ ਬਟ ਇਸ ਸ਼ਿਪ ਦੇ ਨਾਲ ਤੁਸੀਂ ਦੇਖੋ ਆਮ ਲਗਭਗ 4 400 ਬੋਟਾਂ ਸਟਕ ਸਿਗੀਆਂ ਆਮ ਸਿਰਫ ਇਸ ਇੱਕ ਸ਼ਿਪ ਕਰਕੇ ਤੇ ਕਿੰਨੇ ਬਿਲੀਅਨ ਬਿਲੀਅਨਸ ਦੇ ਹਿਸਾਬ ਦੇ ਨਾਲ ਨੁਕਸਾਨ ਹੋਇਆ ਹੈ ਆਮ ਇਨ ਐਨੀ ਕੇਸ ਆਮ ਇਹ ਥੋੜੀ ਜੀ ਟੋਡਲੇ ਅਪਡੇਟਸ ਮੈਂ ਦੇਣਾ ਚਾਹੁੰਦੀ ਸੀ ਜੋ ਅੱਜ ਵੱਡੀ ਦੋ ਤਿੰਨ ਖਬਰਾਂ ਹੈਗੀਆਂ ਅ ਦੂਜੀ ਚੀਜ਼ ਹੁਣ ਆਪਣੇ ਥੋੜੇ ਜੇ ਆਂਦੇ ਜੋ ਕਰੰਟ ਸਾਡਾ ਅੱਜ ਦਾ ਮੁੱਦਾ ਹੈਗਾ ਕਿ ਕਿਸ ਤਰ੍ਹਾਂ ਹੋਲਾ ਮਹੱਲਾ ਮਨਾਇਆ ਗਿਆ ਅ ਇਸ ਸਾਲ ਦੁਨੀਆ ਭਰ ਸਿੱਖਾਂ ਨੇ ਇਸ ਤਿਹਾਰ ਨੂੰ ਮਨਾਇਆ ਬਟ ਦਿੱਲੀ ਦੇ ਵਿੱਚ ਸਾਨੂੰ ਕੁਝ ਬਹੁਤ ਹੀ ਅ ਅਨੋਖੇ ਇਦੇ ਰੂਪ ਤੇ ਰੰਗ ਵੇਖਣ ਨੂੰ ਮਿਲੇ ਖਾਸ ਕਰਕੇ ਜੋ ਇਹ ਮੋਰਚੇ ਦੀ ਪਿਕਚਰਾਂ ਹੈਗੀਆਂ ਇੱਕ ਬਹੁਤ ਹੀ ਮੈਂ ਕਹਾਂਗੀ ਟੈਲੈਂਟਡ ਯੰਗ ਫੋਟੋਗ੍ਰਾਫਰ ਜਸਕਰਨ ਸਿੰਘ ਜਿਨ੍ਹਾਂ ਦੀ ਕੁਝ ਪਿਕਚਰਾਂ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਇਹ ਪ੍ਰੋਟੈਸਟ ਸਾਈਟਸ ਹੋ ਤੁਸੀਂ ਵੇਖ ਸਕਦੇ ਹੋ ਕਿੰਨੀ ਯੂ نو ਪੂਰੇ ਜੋਰ ਸ਼ੋਰ ਦੇ ਨਾਲ ਇਸ਼ਤਿਹਾਰ ਨੂੰ ਮਨਾਇਆ ਗਿਆ ਹੋਲਾ ਮਹੱਲਾ ਨੂੰ ਤੇ ਨਿਹੰਗ ਸਿੰਘ ਜੋ ਕਿ ਮੌਜੂਦ ਹਨ ਇਸ ਵੇਲੇ ਬਹੁਤ ਹੀ ਆਪਣੀ ਸਟਰੈਂਥ ਦਿਖਾ ਰਿਹਾ ਹੈ ਸਾਰਿਆਂ ਨੂੰ ਹੋਰ ਆਪਣੀ ਸਟਰੈਂਥ ਦੇ ਰਿਹਾ ਹੈ ਜੋ ਮੋਰਚੇ ਦੇ ਵਿੱਚ ਬੈਠੇ ਹੋਏ ਐ ਪ੍ਰੋਟੈਸਟਰਸ ਸਾਡੇ ਬਜ਼ੁਰਗ ਸਾਡੇ ਨੌਜਵਾਨ ਉਹਨਾਂ ਦੇ ਨਾਲ ਰਲ ਕੇ ਇਹ ਮਨਾਇਆ ਗਿਆ ਇਸ ਸਾਲ ਸੋ ਇਕ ਕੁਝ ਤਸਵੀਰਾਂ ਤੁਹਾਡੇ ਨਾਲ ਆਪਾਂ ਸਾਂਝੀ ਕਰ ਰਹੇ ਆ ਗ੍ਰੇਟ ਵਰਕ ਵਾਂਸ ਅਗੇਨ ਜਸਕਨ ਸਿੰਘ ਅਮ ਯੰਗ ਫੋਟੋਗ੍ਰਾਫਰ ਉਹਨੇ ਪਿਕਚਰਾਂ ਸ਼ੇਅਰ ਕੀਤੀਆਂ ਸੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਸੀ ਅਮ ਬਟ ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਅੱਜ ਥੋੜੀ ਜਿਹੀ ਇਤਿਹਾਸਿਕ ਤੌਰ ਤੇ ਗੱਲ ਕਰਾਂਗੇ ਕਿ ਇਹ ਦੀ ਸ਼ੁਰੂਆਤ ਇਹ ਹਿਸਟਰੀ ਕੀ ਹੈਗੀ ਕੋਲਾ ਮਹੱਲਾ ਦੀ ਤੇ ਕਿਸ ਤਰ੍ਹਾਂ ਇਹਨੂੰ ਅੱਜ ਆਪਾਂ ਨਾ ਕਿ ਸਿਰਫ ਮਨਾਉਂਦੇ ਆ ਬਟ ਜਿੱਥੇ ਮੋਰਚੇ ਦੀ ਗੱਲ ਆਂਦੀ ਏ ਉਹਦੇ ਵਿੱਚ ਇਹਦਾ ਕੀ ਰੋਲ ਹੋਣਾ ਚਾਹੀਦਾ ਹੋ ਸਕਦਾ ਹੈ ਤੇ ਕਿ ਇਸ ਤਰ੍ਹਾਂ ਦੇ ਲੈਸਨਸ ਇਹ ਸਾਨੂੰ ਸਿਖਾ ਸਕਦੀ ਹੈ ਅਮ ਇਸ ਤਰ੍ਹਾਂ ਗੱਲ ਚੱਈ ਰਹੀ ਮਿਲਦੇ ਆਂ ਬ੍ਰਿੱਤ ਉਸ ਬਾਅਦ ਜਸ ਪੰਜਾਬੀ ਦੇਖਦੇ ਹੋਈ ਸਾਹਿਦ ਅਸ਼ਕਾਨੂ ਇੱਕ ਬਾਰੀ ਫੇਰ ਸਵਾਗਤ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਇਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਹੈ ਕਿ ਅੱਜ ਇਤਿਹਾਸ ਦੀ ਗੱਲ ਹੋਣੀ ਹੈ ਤੇ ਕੀ ਅਹਿਮੀਅਤ ਹੋਲਾ ਮਹੱਲਾ ਰੱਖਦਾ ਸਿੱਖਾਂ ਲਈ ਆਮ ਜਿੱਥੇ ਅੱਜ ਸਿੱਖ ਤੇ Hindu ਤੇ Isai Musalman ਇਕੱਠੇ ਹੋ ਕੇ ਦਿੱਲੀ ਤੇ ਬਾਰਡਰਾਂ ਤੇ ਇੱਕ ਸੰਘਰਸ਼ ਲੜ ਰਹੇ ਹੈ ਉਹਨਾਂ ਦੀ ਫਰੰਟ ਲਾਈਨਸ ਤੇ ਸਾਡੇ ਵਾਰੀਅਰ ਸਾਡੇ ਨਿਹੰਗ ਸਿੰਘ ਖੜੇ ਐ ਤੇ ਇਸ ਸਾਲ ਹੋਲਾ ਮਹੱਲਾ ਇਨ ਬਾਰਡਰਾਂ ਤੇ ਵੀ ਮਨਾਇਆ ਗਿਆ ਉਹਦੀ ਵੀ ਗੱਲ ਕਰਾਂਗੇ ਬਟ ਪਹਿਲੇ ਮੈਂ ਥੋੜੀ ਜੀ ਇਤਿਹਾਸ ਦੀ ਗੱਲ ਕਰਨਾ ਚਾਹਨੀ ਆ ਕਿ ਕਿਸ ਤਰ੍ਹਾਂ ਇਹ ਦੀ ਸ਼ੁਰੂਆਤ ਹੋਈ ਆਮ ਕਿ ਜਿੱਥੇ ਕਿਹਾ ਜਾਂਦਾ ਹੈ ਕਿ ਖਾਲਸਾ ਹੋਲੀ ਨਹੀਂ ਮਨਾਉਂਦਾ ਆ ਉਹਦੇ ਬਾਰੇ ਗੱਲ ਕਰਾਂਗੇ ਤੇ ਸਾਡੇ ਨਾਲ ਅੱਜ ਡਿਸਕਸ਼ਨ ਕਰਨ ਲਈ ਤੇ ਆਪਣੀ ਐਕਸਪਰਟਿਸ ਸਾਡੇ ਨਾਲ ਸ਼ੇਅਰ ਕਰਨ ਲਈ ਸਾਨੂੰ ਜੁਆਇਨ ਕਰ ਰਿਹਾ ਸਾਡੇ ਆਨਰੇਬਲ ਗੈਸ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਹਨਾਂ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਪਲੀਜ਼ ਜੁਆਇਨ ਮੀ ਵੈਲਕਮਿੰਗ ਸਰਦਾਰ ਧਰਮਬੀਰ ਸਿੰਘ ਜੀ ਜੋ ਕਿ ਇਸ ਵੇਲੇ ਹੈੱਡ ਗ੍ਰੰਥੀ ਹਨ ਸਿੱਖ ਕਲਚਰਲ ਸੁਸਾਇਟੀ ਗੁਰਦੁਆਰਾ 118 ਨਿਊਯਾਰਕ ਦੇ ਵਿੱਚ ਸਭ ਤੋਂ ਪਹਿਲੇ ਧਰਮਬੀਰ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਅਮ ਧਰਮਵੀਰ ਸਿੰਘ ਜੀ ਸਭ ਤੋਂ ਪਹਿਲੇ ਤਾਂ ਯੂ نو ਤੁਸੀਂ ਇੰਨੇ ਸਾਲਾਂ ਤੋਂ ਆਲਮੋਸਟ 3 ਤੋਂ ਵੱਧ ਸਾਲਾਂ ਤੋਂ ਤੁਸੀਂ ਕਥਾਵਾਚਕ ਹੈਗੇ ਨਿਊਯਾਰਕ ਦੇ ਗੁਰਦੁਆਰੇ ਦੇ ਵਿੱਚ ਵੀ ਤੁਸੀਂ 20 ਤੋਂ ਵੱਧ ਸਾਲਾਂ ਤੋਂ ਗੁਰੂ ਦਾ ਪ੍ਰਚਾਰ ਕਰ ਰਹੇ ਹੋ ਕਥਾ ਦੀ ਸੇਵਾ ਤੁਹਾਡੇ ਲੱਗੀ ਹੋਈ ਹੈ ਰੀਸੈਂਟਲੀ ਤੁਸੀਂ ਹੈੱਡ ਗ੍ਰੰਥੀ ਸਿਕ ਕਲਚਰਲ ਸੁਸਾਇਟੀ ਦੇ ਤੁਹਾਨੂੰ ਇਹ ਸੇਵਾ ਵੀ ਲੱਗੀ ਸੋ ਯੂ نو ਜਦੋਂ ਸਾਡੀ ਗੱਲ ਹੁੰਦੀ ਹੈ ਕਿ ਹੋਲਾ ਮਹੱਲਾ ਦੇਖੀ ਸ਼ੁਰੂਆਤ ਹੋਈ ਕਿ ਹਿੰਦੂ ਧਰਮ ਦੇ ਵਿੱਚ ਤਾਂ ਸਾਨੂੰ ਹੋਲੀ ਦਾ ਪਤਾ ਹੈ ਕਿ ਹੋਲੀ ਮਨਾਈ ਜਾਂਦੀ ਹੈ ਬਟ ਜਿਨ੍ਹਾਂ ਨੂੰ ਇੰਨਾ ਜ਼ਿਆਦਾ ਜੋ ਸਾਡੇ ਖਾਸ ਕਰਕੇ ਨੌਜਵਾਨ ਬੱਚੇ ਸੈਕਿੰਡ ਜਨਰੇਸ਼ਨ ਇੱਥੇ ਰਹਿੰਦੇ ਆ ਬਰਾਡ ਦੇ ਵਿੱਚ ਸਾਨੂੰ ਵੇਖ ਰਿਹਾ ਹੈ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੱਸੋਗੇ ਕਿ ਹੋਲਾ ਮਹੱਲਾ ਇੱਕ ਵੱਖਰੀ ਚੀਜ਼ ਜੋ ਸਿੱਖਾਂ ਲਈ ਖਾਲਸੇ ਪੰਥ ਲਈ ਇਹ ਇਹ ਤਿਹਾਰ ਹੈ ਇਹਦੀ ਕੀ ਇਮੀਅਤ ਹੈ ਕੀ ਬੈਕਗ੍ਰਾਉਂਡ ਹੈਗੀ ਹੋਲਾ ਮਹੱਲਾ ਦੀ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜੱਸ ਪੰਜਾਬੀ ਦੀ ਸਮੂੱਚੀ ਜਿਹੜੀ ਟੀਮ ਹੈ ਪ੍ਰਬੰਧਕੀ ਸੇਵਾਦਾਰ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਸੋਹਣਾ ਇਹ ਪ੍ਰੋਗਰਾਮ ਜਿਹੜਾ ਉਹ ਉਲੀਕਿਆ ਹੋਇਆ ਤੇ ਉਸ ਤੋਂ ਬਾਅਦ ਆਸ਼ਮਿਤਾ ਪੈਂਦੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੋ ਅੱਜ ਦੇ ਮੁੱਦੇ ਦੇ ਵਿੱਚ ਤੁਸੀਂ ਇਹ ਸੋਹਣੀ ਜਿਹੜੀ ਹੈਗੀ ਹੈ ਵਿਚਾਰ ਧਾਰਾ ਇਹ ਲੈ ਕੇ ਆਏ ਆ ਕਿਉਂਕਿ ਜਿਹੜਾ ਹੋਲਾ ਮਹੱਲਾ ਆ ਜਿਵੇਂ ਆਪ ਜੀ ਨੇ ਦੱਸਿਆ ਕਿ ਹੋਲੀ ਆਮ ਤੌਰ ਤੇ ਭਾਰਤ ਦੇਸ਼ ਦੇ ਵਿੱਚ ਮਨਾਈ ਜਾਂਦੀ ਸੀਗੀ ਇੱਕ ਮਨੌਤ ਸੀ ਇਹਦੇ ਬਾਰੇ ਚ ਕਿ ਜਿਹੜੀ ਪ੍ਰਹਲਾਦ ਦੀ ਭੂਆ ਸੀ ਕੋਲਕਾ ਜਦੋਂ ਪ੍ਰਹਲਾਦ ਨੂੰ ਅੱਗ ਦੇ ਵਿੱਚ ਪਾ ਕੇ ਸਾੜਨ ਲੱਗੇ ਤਾਂ ਉਸ ਦੀ ਭੂਆ ਜਿਹੜੀ ਸੀ ਉਹ ਅੱਗ ਦੇ ਵਿੱਚ ਬੈਠੀ ਉਹਦੇ ਉੱਤੇ ਇੱਕ ਚਾਦਰ ਦਿੱਤੀ ਹੋਈ ਸੀ ਜਿਹੜੀ ਅੱਗ ਨਾਲ ਸੜਦੀ ਨਹੀਂ ਸੀਗੀ ਔਰ ਇਹ ਕਿਹਾ ਗਿਆ ਸੀ ਕਿ ਜਦੋਂ ਪ੍ਰਹਲਾਦ ਨੂੰ ਇਹਦੇ ਵਿੱਚ ਸੁੱਟਿਆ ਜਾਏਗਾ ਤੇ ਕੋਲਕਾਂ ਦੇ ਉੱਪਰ ਉਹ ਚਾਦਰ ਹੈਗੀ ਆ ਤੇ ਜਿਹੜਾ ਪ੍ਰਹਲਾਦ ਹੈ ਉਹ ਸੜ ਜਾਏਗਾ ਕੋਲਕਾਂ ਬਚ ਜਾਏਗੀ ਪਰ ਰੱਬ ਦੀ ਕੁਦਰਤ ਐਸੀ ਹੋਈ ਕਿ ਉਹ ਜਿਹੜੀ ਚਾਦਰ ਦੀ ਬੁਕਲ ਮਾਰ ਕੇ ਹੋਲਕਾ ਬੈਠੀ ਹੋਈ ਸੀ ਅੱਗ ਦੇ ਵਿੱਚ ਉਸ ਦੀ 부ਆ ਇਹ ਦੇ ਪਿਤਾ ਨੇ ਇਹਨੂੰ ਸਜ਼ਾ ਦਿੱਤੀ ਸੀ ਪ੍ਰਹਲਾਦ ਨੂੰ ਕਿਉਂਕਿ ਉਹ ਆਪਣਾ ਨਾਮ ਜਪਉਣਾ ਚਾਹੁੰਦਾ ਸੀ ਹਰਨਾਕਸ਼ ਤਾਂ ਰੱਬ ਦੀ ਕੁਦਰਤ ਐਸੀ ਹੋਈ ਜਦੋਂ ਪ੍ਰਹਲਾਦ ਨੂੰ ਅੱਗ ਦੇ ਵਿੱਚ ਸੁੱਟਿਆ ਤਾਂ ਉਹ ਹਵਾ ਐਸੀ ਤੇਜ਼ ਚੱਲੀ ਉਹ ਚਾਦਰ ਹੋਲਕਾ ਤੋਂ ਲੱਥ ਕੇ ਪ੍ਰਹਲਾਦ ਦੇ ਉੱਪਰ ਆ ਗਈ ਤੇ ਉਹ ਜਿਹੜੀ ਹੋਲਕਾ ਸੀ ਉਹ ਸੜ ਗਈ ਤੇ ਜਿਹੜਾ ਪ੍ਰਹਲਾਦ ਉਹ ਫਿਰ ਬਚ ਗਿਆ ਜਿਸ ਨੂੰ ਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਨੇ ਕਿਹਾ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ ਤੋ ਕਹਿਣ ਦਾ ਭਾਵ ਕਿ ਇਹ ਮਨਉਤ ਭਾਵੇਂ ਮੰਨੀ ਹੋਈ ਆ ਬੜੇ ਚਿਰ ਦੀ ਤੇ ਉਹਦੇ ਹੋਲਕਾਂ ਦੇ ਔਰਤ ਦੇ ਉਸ ਦੇ ਸੜ ਜਾਣ ਦੇ ਨਾਲ ਇਹ ਜਿਹੜੀ ਹੋਲੀ ਆ ਇਹ ਭਾਰਤ ਦੇਸ਼ ਦੇ ਵਿੱਚ ਹੋਲਕਾਂ ਤੋਂ ਹੋਲੀ ਸ਼ਬਦ ਬਣਿਆ ਤੇ ਬਣਾਈ ਜਾਂਦੀ ਸੀ ਜਿਹੜੀ ਖਾਲਸੇ ਦੀ ਗੱਲ ਬੜਾ ਸੋਹਣਾ ਟੌਪਿਕ ਆ ਆਪ ਜੀ ਨੇ ਸ਼ੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਜਦੋਂ ਸਨ 1699 ਦੇ ਵਿੱਚ ਕਲਗੀਧਰ ਪਾਤਸ਼ਾਹ ਨੇ ਵਿਸਾਖੀ ਨੂੰ ਖਾਲਸਾ ਸਾਜਿਆ ਤਾਂ ਅਗਲੇ ਸਾਲ ਸਨ 1700 ਦੇ ਵਿੱਚ ਜਿਸ ਨੂੰ ਅੱਜ ਅਸੀਂ ਪੜ੍ਹਦੇ ਹਾਂ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜਦੀ ਉਹ ਸਾਰਾ ਜਿਹੜਾ ਹੋਲਾ ਮਹੱਲਾ ਹੈ ਖਾਲਸੇ ਦੇ ਨਿਆਰੇਪਨ ਦਾ ਵਿਲੱਖਣਤਾ ਦਾ ਅਡਰੇਪਨ ਦਾ ਪ੍ਰਤੀਕ ਹੈ ਜੀ ਗੁਰੂ ਸਾਹਿਬ ਜੀ ਨੇ ਕਿਹਾ ਕਿ ਜਿਵੇਂ ਹੁਣੇ ਤਰ੍ਹਾਂ ਤਰ੍ਹਾਂ ਦੇ ਰੰਗ ਪਾਉਣੇ ਇੱਕ ਦੂਜੇ ਦੇ ਉੱਤੇ ਰੰਗ ਸੁੱਟਣਾ ਗੰਦ ਮੰਦ ਸ਼ਰਾਬਾਂ ਨਸ਼ੇ ਇਹ ਨਸ਼ਿਆਂ ਆਦਿਕਾਂ ਦਾ ਵੀ ਸੇਵਨ ਕਰਦੇ ਆ ਹੋਲੀ ਦੇ ਉੱਤੇ ਜਿਹੜੇ ਲੋਕ ਆ ਭੰਗ ਪੀ ਲਈ ਖਰਾ ਪੀ ਲਈ ਤੇ ਹੋਲੀ ਖੇਡਦੇ ਰਹੇ ਤੇ ਇੱਕ ਦੂਸਰੇ ਤੇ ਤਰ੍ਹਾਂ ਤਰ੍ਹਾਂ ਦੇ ਰੰਗ ਸੁੱਟਦੇ ਰਹੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੋਲੀ ਦੀ ਗੱਲ ਕੀਤੀ ਤਾਂ ਉਸ ਵੇਲੇ ਸ਼ਬਦ ਹੋਲੀ ਵੀ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉੱਥੇ ਮਹਾਰਾਜ ਨੇ ਬਾਣੀ 'ਚ ਸ਼ਬਦ ਵਰਤਿਆ ਵੀ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਆਤ ਲਾਲ ਦੇਵ ਜਿਹੜਾ ਮੈਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜਿਆ ਆ ਤੇ ਜਿਹੜੀ ਮੈਂ ਸੰਤ ਜਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਬੰਦਗੀ ਦਾ ਰੰਗ ਆਪਣੇ ਆਪ ਨੂੰ ਚੜਿਆ ਇਹੋ ਹੀ ਮੇਰੇ ਵਾਸਤੇ ਹੋਲੀ ਆ ਸੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਸਨ 1700 ਦੇ ਵਿੱਚ ਇੱਕ ਹੋਲਾ ਸ਼ਬਦ ਜਿਹੜਾ ਅੱਜ ਆਪਾਂ ਵਰਤਦੇ ਸਭ ਤੋਂ ਪਹਿਲਾਂ ਸਾਨੂੰ ਇਹਦੇ ਅਰਥ ਪਤਾ ਹੋਣੇ ਚਾਹੀਦੇ ਜੀ ਕਿਉਂਕਿ ਅਸੀਂ ਹੋਲਾ ਮੁਹੱਲਾ ਸ਼ਬਦ ਵਰਤਦੇ ਹੈਗੇ ਆ ਸਾਨੂੰ ਪਤਾ ਅਸੀਂ ਹੋਲਾ ਮੁਹੱਲਾ ਮਨਾਉਂਦੇ ਆ ਸਾਰਾ ਖਾਲਸਾ ਪੰਥ ਆਨੰਦਪੁਰ ਸਾਹਿਬ ਇਕੱਠਾ ਹੁੰਦਾ ਆ ਬਟ ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਕਿ ਹੋਲਾ ਮੁਹੱਲਾ ਦਾ ਅਰਥ ਕੀ ਹੈ ਜੋ ਕੱਲ੍ਹ ਕੀ ਧਰਪਾਤਸ਼ਾਹ ਨੇ ਸਾਨੂੰ ਦਿੱਤਾ ਹੋਲਾ ਮੁਹੱਲਾ ਦਾ ਮਤਲਬ ਹੁੰਦਾ ਹਮਲਾ ਤੇ ਜਾਏ ਹਮਲਾ ਜਾਏ ਹਮਲਾ ਦਾ ਮਤਲਬ ਹੁੰਦਾ ਹੋਲਾ ਦਾ ਮਤਲਬ ਹਮਲਾ ਇਹ ਮਹੱਲਾ ਦਾ ਤਾਂ ਹਮਲਾ ਕਰਨ ਦੀ ਥਾਂ ਜਗਾ ਹਮਲਾ ਕਰਨਾ ਕਿੱਥੇ ਹੈ ਜੀ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਇੱਕ ਕਿਲਾ ਬਣਾਇਆ ਜੀ ਭਾਵੇਂ ਕਿ ਆਨੰਦਪੁਰ ਸਾਹਿਬ ਹੋਰ ਵੀ ਚਾਰ ਕਿਲੇ ਨੇ ਪੰਜ ਕਿਲੇ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਬਣਾਏ ਜੀ ਉਹਨਾਂ ਵਿੱਚੋਂ ਇੱਕ ਕਿਲਾ ਬਣਾਇਆ ਜਿਸ ਦਾ ਨਾਮ ਮਹਾਰਾਜ ਨੇ ਰੱਖਿਆ ਹੋਲਗੜ੍ਹ ਜੀ ਜਿਸ ਨੂੰ ਆਪਾਂ ਸਤਕਾਰ ਨਾਲ ਹੋਲਗੜ੍ਹ ਸਾਹਿਬ ਆਖਦੇ ਹਨ ਸਨ 1700 ਦੇ ਵਿੱਚ ਚੇਤ ਵਦੀ ਪਹਿਲੀ ਨੂੰ ਮਹਾਰਾਜ ਸਚੇ ਪਾਤਸ਼ਾਹ ਨੇ ਦੋ ਜਥੇ ਬਣਾਏ ਜੀ ਦੋ ਜਥਿਆਂ ਦੇ ਵਿੱਚੋਂ ਇੱਕ ਜਥੇ ਨੂੰ ਮਹਾਰਾਜ ਨੇ ਕਿਹਾ ਵੀ ਤੁਸੀਂ ਇਸ ਕਿਲੇ ਦੇ ਅੰਦਰ ਰਹਿਣਾ ਦੂਸਰੇ ਜਥੇ ਨੂੰ ਬਾਹਰ ਖੜਾ ਕਰ ਦਿੱਤਾ ਉਹਨਾਂ ਨੂੰ ਕਿਹਾ ਵੀ ਤੁਸੀਂ ਇਸ ਕਿਲੇ ਦੇ ਉੱਪਰ ਕਬਜ਼ਾ ਕਰਨਾ ਅੱਛਾ ਜੀ ਅਰ ਇਹਨੂੰ ਮਸਨੂਈ ਜੰਗ ਕਹਿੰਦੇ ਸੀ ਮਸਨੂਈ ਦਾ ਮਤਲਬ ਹੁੰਦਾ ਬਨੌਟੀ ਮਤਲਬ ਪ੍ਰੈਕਟਿਸ ਸੀਗੀ ਪ੍ਰੈਕਟਿਸ ਸੀਗੀ ਹਾਂਜੀ ਮਤਲਬ ਕਿ ਖਾਲਸੇ ਨੂੰ ਚੜ੍ਹਦੀ ਕਲਾ ਨਾਲ ਤਿਆਰ ਬਰ ਤਿਆਰ ਕਰਨਾ ਸ਼ਸਤਰ ਵਿਦਿਆ ਦੇ ਵਿੱਚ ਇਹਨੂੰ ਨਪੁੰਨ ਕਰਨਾ ਤੇ ਸ਼ਸਤਰ ਚਲਾਉਣ ਦੇ ਜਿਸ ਨੂੰ ਭਾਂਜੀ ਅੱਜ ਕੱਲ ਆਪਾਂ ਗਤਕਾ ਸ਼ਬਦ ਵੀ ਵਰਤਦੇ ਹਾਂ ਨਾ ਜੀ ਇਹ ਗਤਕਾ ਖੇਡ ਦੇ ਆ ਨਿਹੰਗ ਸਿੰਘ ਜਾਂ ਹੋਰ ਆਪਣੇ ਖਾਲਸੇ ਦਾ ਦੇ ਵਿਰਸੇ ਦੇ ਵਿੱਚ ਇੱਕ ਆਰਟ ਸੀ ਆ ਸਾਡੇ ਕੋਲੇ ਆਰਟ ਜਿਹੜਾ ਤਾਂ ਉਹ ਕਲਗੀਧਰ ਪਾਤਸ਼ਾਹ ਨੇ ਇੱਕ ਜਥਾ ਅੰਦਰ ਕਿਲੇ ਦੇ ਹੁਣ ਹੋਲਗੜ੍ਹ ਸਾਹਿਬ ਦੇ ਉਹਦੇ ਬਸਤਰ ਵੱਖਰੇ ਆ ਜਿਵੇਂ ਉਹਨਾਂ ਨੂੰ ਨੀਲੇ ਬਸਤਰ ਪਵਾ ਦਿੱਤੇ ਜਾਂ ਚਿੱਟੇ ਬਸਤਰ ਪਵਾਤੇ ਨਿਸ਼ਾਨੀ ਰਵੇ ਹੋਣ ਵੀ ਕਿਹੜੇ ਜਥੇ ਦਾ ਇਹ ਸਿੰਘ ਆ ਜੀ ਜੀ ਦੂਸਰਾ ਇੱਕ ਜਥਾ ਬਾਹਰ ਆ ਹੁਣ ਉਹਨਾਂ ਨੂੰ ਵੱਖਰੇ ਰੰਗ ਦੇ ਬਸਤਰ ਆ ਜੇ ਅੰਦਰ ਪੀਲੇ ਬਸਤਰਾਂ ਵਾਲੇ ਆ ਤੇ ਬਾਹਰ ਨੀਲਿਆਂ ਵਾਲੇ ਆ ਜੀ ਹੁਣ ਬਾਹਰਲੇ ਜਥੇ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਬਾਹਰ ਕੱਢਣਾ ਕਿਲੇ ਚੋਂ ਜੀ ਤੇ ਇਸ ਕਿਲੇ ਦੇ ਅੰਦਰ ਵੜ ਕੇ ਤੁਸੀਂ ਇਸ ਕਿਲੇ ਦੇ ਉੱਤੇ ਕਬਜ਼ਾ ਕਰਨਾ ਜੀ ਅੰਦਰ ਵਾਲੇ ਜਥੇ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਅੰਦਰ ਨਹੀਂ ਵੜਨ ਦੇਣਾ ਤੇ ਇਹਨਾਂ ਨੂੰ ਕਬਜ਼ਾ ਨਹੀਂ ਲੈਣ ਦੇਣਾ ਜੀ ਫਿਰ ਟਾਈਮ ਦੀ ਲਿਮਟ ਹੁੰਦੀ ਸੀ ਵੀ ਐਨੇ ਟਾਈਮ ਦੇ ਅੰਦਰ ਅੰਦਰ ਇਹ ਤੁਸੀਂ ਕਬਜ਼ਾ ਜਿਹੜਾ ਇਹਦਾ ਲੈਣਾ ਜੀ ਤੇ ਉਹ ਮਤਲਬ ਉਹਨਾਂ ਦਾ ਟੱਕਰਾ ਹੋ ਹੀ ਜਾਣਾ ਉਹਨਾਂ ਦੇ ਜਿਵੇਂ ਸ਼ਸਤਰ ਉਹਨਾਂ ਦੇ ਕੋਲ ਵਰਸ਼ੇ ਹੋ ਗਏ ਜਾਂ ਕਿਰਪਾਨਾਂ ਹੋ ਗਈਆਂ ਸ੍ਰੀ ਸਭਾ ਫਿਰ ਸੱਟ ਨਹੀਂ ਲਾਉਣੀ ਕਿਸੇ ਨੂੰ ਮਸਨੂਈ ਜੰਗ ਕਹਿੰਦੇ ਸੀ ਹਾਂਜੀ 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 ਇਹ ਮਸਨੂਈ ਅਰਬੀ ਦਾ ਸ਼ਬਦ ਹੈ ਵੈਸੇ ਜਿਹਦਾ ਮਤਲਬ ਹੈ ਆਪਕੀ ਇੱਕ ਬਨਾਵਟੀ ਤੌਰ ਦੇ ਉੱਤੇ ਜਿਸ ਤਰ੍ਹਾਂ ਇੱਕ ਚੀਜ਼ ਬਣਾਈ ਗਈ ਹੈ ਤੇ ਉਹਦੀ ਤਿਆਰੀ ਮਹਾਰਾਜ ਪਹਿਲਾਂ ਕਰਵਾਉਂਦੇ ਸੀ ਉਹਨਾਂ ਨੂੰ ਜੀ ਜੀ ਤਾਂ ਦੋਨਾਂ ਦੇ ਵਿੱਚੋਂ ਫਿਰ ਜਿਹੜਾ ਜਥਾ ਜਿੱਤ ਜਾਂਦਾ ਸੀ ਜੇ ਕਬਜ਼ਾ ਕਰਨ ਵਾਲੇ ਅੰਦਰ ਚਲੇਗੇ ਕਿਲੇ ਦੇ ਤੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਜਾਂ ਅੰਦਰ ਵਾਲਿਆਂ ਨੇ ਕਬਜ਼ਾ ਨਹੀਂ ਕਰਨ ਦਿੱਤਾ ਮਤਲਬ ਉਹਨਾਂ ਨੂੰ ਤਾਂ ਫਿਰ ਮਹਾਰਾਜ ਉਹਨਾਂ ਨੂੰ ਸੰਗਤ ਵਿੱਚ ਬਿਲਾ ਕੇ ਸਨਮਾਨ ਦੋਵਾਂ ਦਾ ਕਰਦੇ ਸੀਗੇ ਪਰ ਜਿਹੜਾ ਜਿੱਤ ਗਿਆ ਉਹਨੂੰ ਵਿਸ਼ੇਸ਼ ਤੌਰ ਤੇ ਫਿਰ ਮਹਾਰਾਜ ਨੇ ਕਿਹਾ ਵੀ ਸ਼ਾਬਾਸ਼ੇ ਵੀ ਤੁਸੀਂ ਬੜੇ ਤਕੜੇ ਬਲਵਾਨ ਜੇ ਤੁਹਾਡੇ ਕੋਲ ਚੰਗੀ ਸ਼ਸਤਰ ਵਿੱਦਿਆ ਮਹਾਰਾਜ ਦਾ ਜਿਹੜਾ ਭਾਵ ਸੀਗਾ ਉਹ ਸ਼ਸਤਰ ਵਿੱਦਿਆ ਦੇ ਵਿੱਚ ਨਕਪੁੰਨ ਕਰਨਾ ਸੀ ਖਾਲਸੇ ਦਾ ਜੀ ਜੀ ਇਸੇ ਕਰਕੇ ਅੱਜ ਅਸੀਂ ਕਹਿੰਦੇ ਹਾਂ ਕਿ ਜਿਹੜਾ ਹੋਲਾ ਮਹੱਲਾ ਆ ਖਾਲਸੇ ਦੀ ਚੜ੍ਹਦੀ ਕਲਾ ਦਾ ਅਣਖ ਗੈਰਤ ਜਿਹੜੀ ਹੈ ਸਾਡੀ ਖਾਲਸਾ ਪੰਥ ਦੀ ਇਹ ਉਸ ਦਾ ਪ੍ਰਤੀਕ ਆ ਉਸ ਦਿਨ ਤੋਂ ਮਹਾਰਾਜ ਨੇ ਆਖਿਆ ਵੀ ਜਿਹੜਾ ਮੇਰਾ ਖਾਲਸਾ ਆ ਇਹ ਤਰ੍ਹਾਂ ਤਰ੍ਹਾਂ ਦੇ ਬਾਹਰੀ ਰੂਪ ਦੇ ਵਿੱਚ ਕੱਲੇ ਰੰਗ ਪਾ ਕੇ ਤੇ ਹੋਲੀ ਨਹੀਂ ਮਨਾਊਗਾ ਇਹ ਹੋਲਾ ਮਹੱਲਾ ਮਨਾਏਗਾ ਤੇ ਬਿਲਕੁਲ ਤਿਆਰਬਰ ਤਿਆਰ ਹੋ ਕੇ ਇਹ ਆਪਣੇ ਜਿਹੜੇ ਸ਼ਸਤਰ ਆ ਉਹਨਾਂ ਦਾ ਪ੍ਰਦਰਸ਼ਨ ਕਰੇਗਾ ਇਸ ਦੇ ਵਿੱਚ ਜੀ ਜੀ ਬਿਲਕੁਲ ਆਮ ਧਰਮਬੀਰ ਸਿੰਘ ਜੀ ਆਮ ਅੱਜ ਸਾਨੂੰ ਇਹ ਦੀ ਮੈਂ ਕਹਾਂਗੀ ਜੋ ਡਿਸਪਲੇ ਹੈ ਜਿੱਥੇ ਤਾਂ ਹੋਲਾ ਮਹੱਲਾ ਅਗਰ ਆਪਾਂ ਯੂਨਾਈਟਿਡ ਸਟੇਟਸ ਦੀ ਗੱਲ ਕਰੀਏ ਹਰੇ ਗੁਰਦੁਆਰਾ ਪਾਵੇਂ ਗਤਕਾ ਹੋਏ ਪਾਵੇਂ ਨਿਹੰਗਾਂ ਦੀ ਘੋੜਸਵਾਰੀ ਹੋਏ ਹੋਰ ਗੇਮਾਂ ਹੋਣ ਉਹਦੇ ਨਾਲ ਰੰਗ ਉਹ ਪ ਸਾਨੂੰ ਵੇਖਣ ਨੂੰ ਮਿਲਦਾ ਇਸ ਸਾਲ ਚਲੋ ਨਹੀਂ ਵੇਖਣ ਨੂੰ ਮਿਲੇ ਕੋਵਿਡ ਕਰਕੇ ਬਟ ਦਿੱਲੀ ਦੇ ਵਿੱਚ ਇਹ ਚੀਜ਼ ਬਹੁਤ ਵੱਡੇ ਲੈਵਲ ਤੇ ਵੇਖੀ ਗਈ ਇਸ ਸਾਲ ਨਾ ਕਿ ਸਿਰਫ ਅਨੰਦਪੁਰ ਸਾਹਿਬ ਬਟ ਜਿੱਥੇ ਮੋਰਚਾ ਲੱਗਿਆ ਹੋਇਆ ਉੱਥੇ ਵੀ ਇਹ ਮੌਜੂਦ ਸਨ ਤੇ ਉਹਦੇ ਬਾਰੇ ਮੈਂ ਥੋੜੀ ਜੀ ਗੱਲ ਕਰਨਾ ਚਾਹੁੰਦੇ ਕਿਸ ਤਰ੍ਹਾਂ ਸੱਚੇ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਟੀਚਾ ਸੀਗਾ ਉਹ ਅੱਜ ਵੀ ਸਿੱਖ ਕਿਸ ਤਰ੍ਹਾਂ ਉਹਨੂੰ ਅਪਣਾ ਰਿਹਾ ਹੈ ਤੇ ਉਹਦਾ ਇਸਤੇਮਾਲ ਕਰ ਰਿਹਾ ਇਸ ਮਾਡਰਨ ਡੇ ਸੰਘਰਸ਼ ਦੇ ਵਿੱਚ ਤੇ ਕੀ ਸਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਇਤਿਹਾਸਿਕ ਤੌਰ ਤੇ ਧਰਮਵੀਰ ਸਿੰਘ ਜੀ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਇੱਕ ਛੋਟੀ ਜੀ ਬ੍ਰੇਕ ਲਈ ਇੱਥੇ ਰੁਕਦੇ ਆ ਤੇ ਵਿਊਅਰਸ ਤੁਸੀਂ ਵੀ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਲਾਈਵ ਤੋਂ ਨਾਲ ਪੇਸ਼ ਹੋਇਆ ਗੱਲ ਹੋ ਰਹੀ ਹੈ ਸਿੱਖ ਇਤਿਹਾਸ ਦੀ ਤੇ ਹੋਲਾ ਮਹੱਲਾ ਕਿਸ ਤਰ੍ਹਾਂ ਤੇ ਕਿਉਂ ਮਨਾਇਆ ਜਾਂਦਾ ਹੈ ਤੇ ਗੱਲ ਇਸੇ ਤਰ੍ਹਾਂ ਚੱਲ ਰਹੀਗੀ ਬ੍ਰੇਕ ਤੋਂ ਬਾਅਦ ਤਬਾ ਸਾਹਿਬ ਦਾ ਸਵਾਗਤ ਤੁਸੀਂ ਵੇਖ ਰਿਓ ਪ੍ਰੋਗਰਾਮ ਅੱਜ ਦਾ ਮੁੱਦਾ ਤੇ ਗੱਲ ਹੋ ਰਹੀ ਹੈ ਕਿ ਕੀ ਇਤਿਹਾਸ ਹੈਗਾ ਹੋਲਾ ਮਹੱਲਾ ਦਾ ਤੇ ਕੀ ਅੱਜ ਦੀ ਡੇਟ ਵਿੱਚ ਉਹ ਇਤਿਹਾਸ ਸਾਨੂੰ ਸਿਖਾ ਸਕਦਾ ਹੈ ਜੋ ਅੱਜ ਸੰਘਰਸ਼ ਆ ਸਰਦੀ ਕਮਿਊਨਿਟੀ ਤੋਂ ਤੇ ਵੱਖ-ਵੱਖ ਜਥੇਬੰਦੀਆਂ ਤੋਂ ਲੜ ਰਿਹਾ ਹੈ ਦਿੱਲੀ ਦੇ ਬਾਰਡਰਾਂ ਤੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਮੈਂ ਕਹਾਂਗੀ ਪੂਰੇ ਹਿੰਦੁਸਤਾਨ ਦੇ ਵਿੱਚ ਅੱਜ ਜਿੱਥੇ ਕਿਸਾਨ ਅਮੋਰਚਾ ਲੱਗ ਰਿਹਾ ਹੈ ਉੱਥੇ ਨਿਹੰਗ ਸਿੰਘ ਅੱਗੇ ਖੜ ਕੇ ਆਪਣੀ ਸਟਰੈਂਥ ਦਿਖਾ ਰਹੇ ਹੈ ਤੇ ਦੇ ਰਹੇ ਹੈ ਬਾਕੀ ਸਾਰਿਆਂ ਨੂੰ ਅਮ ਤੇ ਇਹਨਾਂ ਦੀ ਗੱਲ ਹੋ ਰਹੀ ਹੈ ਸਾਡੇ ਗੈਸ ਸਾਡੇ ਨਾਲ ਜੁੜੇ ਹਨ ਹੈਡ ਗ੍ਰੰਥੀ ਸਿਕ ਕਲਚਰਲ ਸੁਸਾਇਟੀ 118 ਗੁਰਦੁਆਰੇ ਨਿਊਯਾਰਕ ਦੇ ਵਿੱਚ ਇੱਕ ਬਰੀ ਫਿਰ ਧਰਮਵੀਰ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਬਾਈ ਜੇ ਖਾਲਸਾ ਬਾਈ ਜੀ ਦੀ ਫਤਿਹ ਧਰਮबीर ਜੀ ਤੁਸੀਂ ਸਾਨੂੰ ਥੋੜਾ ਜਿਹਾ ਦੱਸ ਰਹੇ ਸੀ ਕਿ ਅਮ ਅਗਰ ਆਪਾਂ ਹੋਲਾ ਮਹੱਲਾ ਦਾ ਅਰਥ ਦੇਖੀਏ ਅਮ ਕਿ ਕੀ ਉਹ ਉਹ ਸ਼ਬਦ ਕੀ ਸਾਨੂੰ ਦੱਸਦੇ ਹੈ ਇਸ ਅਮ ਤਿਹਾੜ ਬਾਰੇ ਕਿਸ ਤਰ੍ਹਾਂ ਖਾਲਸਾ ਇਹਨੂੰ ਮਨਾਉਂਦਾ ਹੈ ਅਮ ਬਟ ਮੈਂ ਹੁਣ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਆ ਕਿ ਜੋ ਇਹ ਇੱਕ martial arts ਹਨ ਜਨਾਦੀ ਅੱਜ ਪ੍ਰੇਵੈਲੈਂਸ ਸਿੱਖ ਪੰਥ ਦੇ ਵਿੱਚ ਖਾਲਸੇ ਦੇ ਵਿੱਚ ਆਮ ਸਾਡੇ ਲਈ ਤਾਂ ਇੱਕ ਯੂ نو ਇਟਸ ਨਾਰਮਲ ਚੀਜ਼ ਹੈ ਸਿੱਖਾਂ ਲਈ ਇਹ ਕੋਈ ਨਵੀਂ ਚੀਜ਼ ਨਹੀਂ ਹੈ ਇਹ ਸਿੱਖ ਆਈਡੈਂਟੀਟੀ ਦਾ ਹਿੱਸਾ ਹੈ ਬਹੁਤ ਵੱਡਾ ਹਿੱਸਾ ਹੈ ਬਟ ਕੋਈ ਯੂ نو ਨਾਨ ਸਿੱਖ ਉਹਨੂੰ ਵੇਖਦਾ ਹੈ ਤੇ ਉਹਨੂੰ ਯੂ نو ਲੱਗਦਾ ਕਿ ਕੀ ਕੀ ਕਰ ਰਿਹਾ ਹੈ ਨਾ ਕਿ ਇਹ ਹਥਿਆਰ ਲੈ ਕੇ ਅਮ ਤੁਰ ਰਿਹਾ ਹੈ ਇਹ ਕੀ ਡਿਸਪਲੇ ਕਰ ਰਿਹਾ ਹੈ ਤੇ ਆਈ ਗੈਸ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦੀ ਆ ਜਦੋਂ ਇਹ ਗਤਕਾ ਸਾਡੇ ਨੌਜਵਾਨ ਖੇਡਦੇ ਆ ਨਿਹੰਗ ਸਿੰਘ ਖੇਡਦੇ ਅੱਜ ਦੀ ਡੇਟ ਦੇ ਵਿੱਚ ਅਮ ਜਦੋਂ ਘੋੜ ਸਵਾਰੀ ਕਰਦੇ ਆ ਜਦੋਂ ਹੋਰ ਗੇਮਾਂ ਹੋਰ ਖੇਡਾਂ ਖੇਡਦੇ ਆ ਤੇ ਅੱਜ ਦੀ ਡੇਟ ਦੇ ਵਿੱਚ ਉਹਦੀ ਕੀ ਰੈਲੇਵੈਂਸ ਹੈ ਕੀ ਇੰਪੋਰਟੈਂਸ ਹੈ ਉਸ ਅਮ ਟਰੈਡੀਸ਼ਨ ਨੂੰ ਅੱਜ ਡਿਸਪਲੇ ਕਰਨਾ ਮੈਂ ਇਹਦੇ ਵਾਸਤੇ ਨਾ ਜਿਵੇਂ ਆਪ ਜੀ ਨੇ ਇਹ ਗੱਲ ਦੱਸੀ ਹੈ ਕਿ ਅੱਜ ਦੇ ਯੁੱਗ ਦੇ ਵਿੱਚ ਆਪਾਂ ਇਹਨੂੰ ਕਿਸ ਐਂਗਲ ਤੋਂ ਦੇਖਦੇ ਹਾਂ ਜਿਵੇਂ ਹੁਣ ਅਸੀਂ ਨਾ ਜਿਵੇਂ ਹੋਲਾ ਮਹੱਲਾ ਜਿਸ ਦਿਨ ਮਨਾਇਆ ਉਸ ਦਿਨ ਵੀ ਮੈਂ ਬੇਨਤੀ ਕੀਤੀ ਸੀ ਕਿ ਗੁਰਦੁਆਰਾ ਸੇ ਕਲਚਰ ਸੁਸਾਇਟੀ ਰੇਜਮੈਂਟ ਹੈਲ ਨਿਊਯਾਰਕ ਵੀ ਕਿ ਤਾਂ ਜਿਵੇਂ ਹੁਣ ਅਸੀਂ ਆਉਣ ਵਾਲੇ ਦਿਨਾਂ 'ਚ ਆਪ ਜੀ ਦੀ ਜਾਣਕਾਰੀ ਲਈ ਇੱਕ ਹੋਰ ਵਿੱਚ ਬੇਨਤੀ ਕਰਦੇ ਆਂ ਨਾਲ ਹੀ ਟੁਕਵੀਂ ਗੱਲ ਆ ਗਈ ਹੈ 2 ਅਪ੍ਰੈਲ ਨੂੰ ਸ਼ੁੱਕਰਵਾਰ ਬੀਬੇ ਨਾਨਕੀ ਦਾ ਜਨਮ ਦਿਹਾੜਾ ਆ ਰਿਹਾ ਹੈ ਤੇ ਅਸੀਂ ਉਹਨੂੰ ਬਹੁਤ ਵੱਡੀ ਪੱਧਰ ਦੇ ਉੱਤੇ ਗੁਰਦੁਆਰਾ ਸਾਹਿਬ ਮਨਾ ਰਹੇ ਅਸੀਂ ਔਰ ਅਸੀਂ ਉਹਨੂੰ ਸਮਰਪਿਤ ਕਰ ਰਹੇ ਹਾਂ ਸੋ ਕਿਉਂ ਮੰਦਾ ਆਖੀ ਹੈ ਜੀ ਜਿੱਥੇ ਜਮੇ ਰਾਜਾ ਔਰਤ ਨੂੰ ਉਹ ਜਿੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਔਰਤ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਆ ਉਥੇ ਜਿੱਥੇ ਸਿੰਘਾਂ ਦੀ ਗੱਲ ਆ ਮਰਦਾਂ ਦੀ ਗੱਲ ਆ ਉਥੇ ਔਰਤ ਨੂੰ ਵੀ ਬਰਾਬਰ ਦਾ ਦਰਜਾ ਦਿੱਤਾ ਅਗਰ ਅੱਜ ਔਰਤ ਦੇ ਕੋਲ ਵੀ ਜੇ ਔਰਤ ਸ਼ਸਤਰਧਾਰੀ ਆ ਔਰ ਔਰਤ ਗਤਕਾ ਖੇਡਣਾ ਜਾਣਦੀ ਆ ਉਹ ਤਾਂ ਜਿਹੜੇ ਅੱਜ ਰੇਪ ਹੋ ਰਿਹਾ ਅੱਜ ਵਰਲਡ ਦੇ ਵਿੱਚ ਕਿੰਨਾ ਕੁਛ ਹੋ ਰਿਹਾ ਜੇ ਬਲਾਤਕਾਰ ਹੋ ਰਿਹਾ ਔਰ ਕਿੰਨਾ ਸੰਤਾਪ ਹੋ ਗਿਆ ਜਾ ਰਿਹਾ ਅੱਜ ਮੈਂ ਸੋਸ਼ਲ ਮੀਡੀਆ ਦੇ ਉੱਤੇ ਪੜ੍ਹ ਰਿਆ ਸੀ ਇੱਕ ਬੱਚੀ ਦਾ ਰੇਪ ਹੋਇਆ ਇੰਡੀਆ ਦੇ ਵਿੱਚ ਔਰ ਉਹ ਬੇਟੀ ਜਿਹੜੀ 17 ਸਾਲ ਦੀ ਸੀ ਕੀਤੇ ਉਹ ਬੱਚੀ ਦੀ ਡੈਥ ਵੀ ਹੋ ਗਈ ਹੈ ਮੈਂ ਸੋਸ਼ਲ ਮੀਡੀਆ ਦੇ ਉੱਤੇ ਅੱਜ ਦੇਖ ਰਿਹਾ ਸੀਗਾ ਅਗਰ ਅੱਜ ਜੇ ਉਸ ਬੱਚੇ ਜੇ ਸਾਡੀਆਂ ਧੀਆਂ ਵੀ ਜਿਹੜੀਆਂ ਆ ਜਾਂ ਭਾਵੇਂ ਮਰਦ ਦੀ ਗੱਲ ਆ ਜਾਂ ਔਰਤਾਂ ਦੀ ਵੀ ਆਪਾਂ ਗੱਲ ਕਰਦੇ ਤੇ ਜੇ ਉਹਦੇ ਕੋਲ ਸ਼ਸਤਰਧਾਰੀ ਆ ਉਹ ਤੇ ਉਹਨੂੰ ਗਤਕਾ ਵੀ ਆਉਂਦਾ ਹੈ ਤੇ ਇਹ ਮਾਰਸ਼ਲ ਆਰਟ ਉਹਦੇ ਕੋਲ ਆ ਕੈਮਰਾ ਨਹੀਂ ਖਿਆਲ ਵੀ ਕੋਈ ਬੰਦਾ ਹੈ ਜਿਹੜਾ ਕੋਈ ਮਰਦ ਹੈ ਜਿਹੜਾ ਉਹ ਇਧਰਲੇ ਪਾਸੇ ਆਣ ਕੇ ਤੇ ਇਦਾਂ ਉਹਦੇ ਨਾਲ ਕੋਈ ਨਾ ਕੋਈ ਘਨਾਉਣੀ ਵਾਰਦਾਤ ਜਿਹੜੀ ਆ ਉਹ ਉਹਨੂੰ ਅੰਜਾਮ ਦੇ ਸਕਦਾ ਬਿਲਕੁਲ ਮੇਰੇ ਕਹਿੰਦਾ ਭਾਬਾ ਗੁਰੂ ਸਾਹਿਬ ਨੇ ਇਹ ਗੱਲ ਅਸ਼ਮਿਤਾ ਜੀ ਕਿੰਨੇ ਸਾਲ ਮੈਂ ਸਨ 1700 ਦੀ ਇਹ ਗੱਲ ਕਰ ਰਿਹਾ ਜਦੋਂ ਮਹਾਰਾਜ ਨੇ ਸਾਨੂੰ ਹੋਲੇ ਮਹੱਲੇ ਦੀ ਇਹ ਦਾਤ ਜਿਹੜੀ ਆ ਇਹ ਦਿੱਤੀ ਆ ਔਰ ਅੱਜ ਅਸੀਂ 2021 ਦੇ ਵਿੱਚ ਆਪਾਂ ਵਿਚਰ ਰਹੇ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਇਥੇ ਸ਼ੇਅਰ ਕਰ ਦੇਣਾ ਹੋਲੀ ਤੋਂ ਹੋਲਾ ਮਹੱਲਾ ਸ਼ਬਦ ਜਿਹੜਾ ਖਾਲਸੇ ਦੇ ਬੋਲੇ ਹੀ ਵੱਖਰੇ ਐ ਜਿਵੇਂ ਜਦੋਂ ਜੰਗ ਦੇ ਮੈਦਾਨ 'ਚ ਖਾਲਸਾ ਜੂਝਦਾ ਸੀ ਨਾ ਜੀ ਤਾਂ ਉਹਨਾਂ ਨੂੰ ਸੁਣਾ ਕੇ ਕਿਸੇ ਨੇ ਪੁੱਛਣਾ ਇੱਕ ਸਿੰਘ ਦੂਸਰੇ ਨੂੰ ਪੁੱਛਦਾ ਵੀ ਅੱਜ ਆਪਾਂ ਦਾਲ ਸਬਜ਼ੀ ਕੀ ਬਣਾਉਣੀ ਆ ਵੀ ਅੱਜ ਭਾਜਾ ਕੀ ਚਾੜਨਾ ਕਾਦਣਾ ਆਪਾਂ ਲੰਗਰ ਪ੍ਰਸ਼ਾਦਾ ਛਕਣਾ ਉਹ ਕਹਿੰਦੇ ਅੱਜ ਆਪਾਂ ਛੋਲੇ ਬਣਾ ਆਪਾਂ ਅੱਜ ਆਪਾਂ ਬਦਾਮ ਬਣਾਵਾਂਗੇ ਜੀ ਉਹ ਜਿਹੜਾ ਦੁਸ਼ਮਣ ਸੀ ਉਹ ਸੋਚਦਾ ਕਹਿੰਦਾ ਬਾਦਾਮਾਂ ਦੀ ਸਬਜ਼ੀ ਖਾਂਦੇ ਆਏ ਤਾਂ ਉਹ ਬਾਦਾਮ ਛੋਲੇ ਉਹਨੂੰ ਕਹਿੰਦੇ ਆ ਅੱਛਾ ਜੀ ਜਿਹੜੇ ਨਿਹੰਗ ਸਿੰਘ ਆ ਇਸ ਤਰ੍ਹਾਂ ਦੇ ਮੈਂ ਚਾਰ ਲਾਈਨਾਂ ਤੁਹਾਡੇ ਨਾਲ ਸਿਰਫ 10 ਸੈਕਿੰਡ ਦੇ ਵਿੱਚ ਹੀ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਦੇਣੀਆਂ ਇੱਕ ਅਲੱਗ ਚੀਜ਼ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀ ਇਹ ਨਿਹੰਗ ਸਿੰਘਾਂ ਦੇ ਵਿੱਚ ਅੱਜ ਸਾਨੂੰ ਵੇਖਣ ਵਾਸਤੇ ਮਿਲਦੀ ਆ ਸਾਡੇ ਆਮ ਜਿਹੜੀ ਸਾਡੀ ਪਬਲਿਕ ਆ ਸਿੱਖਾਂ ਦੇ ਜਿਹੜੀ ਜੰਗ ਜਨਰੇਸ਼ਨ ਆ ਜਾਂ ਸਾਡੀ ਜਿਹੜੀ ਅਗਲੀ ਜਨਰੇਸ਼ਨ ਬੱਚਿਆਰੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਮੈਂ ਤੁਹਾਨੂੰ ਚਾਰ ਲਾਈਨਾਂ ਪੜ੍ਹ ਕੇ ਸੁਣਾਉਣਾ ਪੰਡਿਤ ਨੇ ਸਲ ਸਿੰਘ ਨੇ ਇਹ ਲਿਖੀਆਂ ਨੇ ਹੋਲੇ ਮਹੱਲੇ ਦੇ ਬਾਰੇ ਚ ਜੀ ਜਿਹੜੇ ਬਚਨ ਕਲਗੀਧਰ ਪਾਤਸ਼ਾਹ ਨੇ ਕੀਤੇ ਸੀ ਉਹ ਵੀ ਮੈਂ ਆਪ ਜੀ ਨਾਲ ਸਾਂਝੇ ਕਰ ਦੇਣਾ ਕਿਉਂਕਿ ਅੱਜ ਹੋਲੇ ਮਹੱਲੇ ਦੇ ਬਾਰੇ ਚ ਆਪਾਂ ਗੱਲ ਕਰ ਰਹੇ ਹਾਂ ਤੇ ਮੇਰਾ ਦਿਲ ਕਰਦਾ ਕਿ ਮੈਂ ਇਹ ਮੈਸੇਜ ਜਿਹੜੇ ਸੰਗਤ ਸਰਵਣ ਕਰ ਰਹੀ ਸਾਡੇ ਆਡੀਅנס ਜਿਹੜੇ ਉਹਨਾਂ ਨੂੰ ਤੱਕ ਜਾਵੇ ਪਲੀਜ਼ ਇੱਕ ਵਿਦਵਾਨ ਨੇ ਲਿਖਿਆ ਵੀ ਕਲਗੀਧਰ ਪਾਤਸ਼ਾਹ ਨੇ ਕਿਹਾ ਔਰਨ ਕੀ ਹੋਲੀ ਮਮ ਹੋਲਾ ਲੋਕਾਂ ਦੀ ਹੋਲੀ ਆ ਤੇ ਸਾਡਾ ਹੋਲਾ ਔਰਨ ਕੀ ਹੋਲੀ ਮਮ ਹੋਲਾ ਔਰਨ ਮਤਲਬ ਹੁੰਦਾ ਦੂਸਰਿਆਂ ਦੀ ਔਰਨ ਕੀ ਬੋਲੀ ਮਮ ਬੋਲਾ ਜੀ ਇਹ ਤੁਸੀਂ ਅਰਦਾਸ ਦੇ ਵਿੱਚ ਇੱਕ ਸ਼ਬਦ ਪੜ੍ਹਦੇ ਆ ਖਾਲਸਾ ਜੀ ਕੇ ਬੋਲ ਬਾਲੇ ਹਾਂਜੀ ਅਰਦਾਸ ਦੇ ਵਿੱਚ ਆਉਂਦਾ ਜਦ ਰੋਜ਼ ਆਪਾਂ ਅਰਦਾਸ ਕਰਦੇ ਜੀ ਕਹਿੰਦੇ ਔਰਨ ਕੀ ਹੋਲੀ ਮਮ ਹੋਲਾ ਔਰਨ ਕੀ ਬੋਲੀ ਮਮ ਬੋਲਾ ਕਹੇ ਉਹ ਸਤਗੁਰ ਬਚਨ ਅਮੋਲਾ ਬਦਲ ਗੁਰੂ ਸਾਹਿਬ ਨੇ ਅਮੋਲਕ ਬਚਨੇ ਕਹਿੰਦੇ ਲੋਕਾਂ ਦੀ ਬੋਲੀ ਹੋਏਗੀ ਸਾਡਾ ਬੋਲਾ ਆ ਲੋਕਾਂ ਦੀ ਹੋਲੀ ਹੋਏਗੀ ਸਾਡਾ ਹੋਲਾ ਇਹ ਕਲਗੀਧਰ ਪਾਤਸ਼ਾਹ ਨੇ ਬਚਨ ਕਹਿੰਦੇ ਪੰਡਤ ਨਿਹਾਲ ਸਿੰਘ ਹੋਰ ਨੇ ਚਾਰ ਲਾਈਨਾਂ ਜਿਹੜੀਆਂ ਲਿਖੀਆਂ ਉਹ ਮੈਂ 10 12 ਸੈਕਿੰਡ ਚੀ ਵਿੱਚ ਤੁਹਾਨੂੰ ਦੱਸ ਦੇਣੀ ਆ ਉਹ ਉਹ ਕਹਿੰਦੇ ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ ਸ਼ਕਾ ਪ੍ਰਸ਼ਾਦ ਸੱਜਾ ਦਸਤਾਰਾ ਅਰਕਰ ਦੋਨਾ ਟੋਲਾ ਹੈ ਸੁਪਾਟ ਸੁਚਾਲਾ ਅਰ ਲਖ ਬਾਹ ਕਲਗਾ ਸਿੰਘ ਸੋ ਬੋਲਾ ਹੈ ਅਪਰ ਮਸ਼ਹਿਰਾ ਦਾੜਾ ਜੈਸੇ ਤੈਸੇ ਬੋਲਾ ਹੁਲਾ ਹੈ ਇਹਦਾ ਮਤਲਬ ਹੁਣ ਲੋਕਾਂ ਦੀ ਦਾੜੀ ਤੇ ਖਾਲਸੇ ਦਾ ਤਾੜਾ ਜੀ ਕਹਿੰਦੇ ਮੈਂ ਦਾੜਾ ਵਾਣਾ ਆ ਜੀ ਕਹਿੰਦੇ ਲੋਕਾਂ ਦੀਆਂ ਮੁੱਛਾਂ ਜੀ ਇਹ ਖਾਲਸਾ ਕਹਿੰਦੇ ਮੇਰੇ ਮਸ਼ਹਿਰੇ ਆ ਹਾਂਜੀ 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 ਈਈ ਇਹ ਦਾ ਖਾਲਸੇ ਦੇ ਬੋਲੇ ਕਹਿੰਦੇ ਇਸ ਤਰ੍ਹਾਂ ਇਹ ਸਾਰੇ ਜਿਹੜੇ ਮੈਂ ਲਫ਼ਜ਼ ਬੋਲੇ ਹਨ ਵਰਸ਼ਾ ਢਾਲ ਕਟਾਰਾ ਤੇਗਾ ਲੋਕੀ ਤਲਵਾਰ ਕਹਿੰਦੇ ਆ ਖਾਲਸਾ ਕਹਿੰਦਾ ਮੈਂ ਤੇਗਾ ਪਾਇਆ ਆਪਣੇ ਗਾਲ ਕਿਰਪਾਨ ਨੂੰ ਕਹਿੰਦਾ ਵਾ ਜੀ ਜੀ ਜਿਹੜੇ ਨਿਆਂ ਸਿੰਘ ਆ ਉਹਨਾਂ ਦੇ ਵਿੱਚੋਂ ਤੁਹਾਨੂੰ ਇਹ ਸ਼ਬਦ ਮਿਲਣਗੇ ਹੁਣ ਕੋਈ ਬੰਦਾ ਜਿਹੜਾ ਜਿਹੜਾ ਥੋੜਾ ਲੰਗਾ ਕੇ ਤੁਰਦਾ ਨਾ ਇਕ ਲੱਤ ਤੋਂ ਨਹੀਂ ਠੀਕ ਹਾਂਜੀ ਉਹਨੂੰ ਉਹ ਉਹਦੀ ਸ਼ਾਨ ਦੇ ਖਿਲਾਫ ਬਚਨ ਨਹੀਂ ਬੋਲਣਗੇ ਨਿਆਂ ਸਿੰਘ ਇਹ ਜਿਹੜੇ ਜੀ ਵੀ ਇਹ ਲੰਗਾ ਆ ਜਾਂ ਜੇ ਲੰਗਾ ਕੇ ਤੁਰਦਾ ਨਾ ਉਹਨੂੰ ਕਹਣਗੇ ਸੁਚਾਲਾ ਸਿੰਘ ਆਏ ਅੱਛਾ ਜੀ ਤਿਆਲਾ ਸਿੰਘ ਆਸ਼ਮਿਤਾ ਜੀ ਇਹਦਾ मीनिंग ਸੁਚਾਲਾ ਚੰਗੀ ਚਾਲ ਵਾਲਾ ਅੱਛਾ ਜੀ ਸੁਚਾਲਾ ਬਹੁਤ ਸੋਹਣਾ ਨਾਮ ਕਰਦਾ ਆ ਜੀ ਜੀ ਇਸ ਤਰ੍ਹਾਂ ਉਹਨੂੰ ਬੋਲਦੇ ਜਿਸ ਬੰਦੇ ਦੀ ਰੱਬ ਨਾ ਕਰੇ ਸਾਰਾ ਸੰਸਾਰ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਰਹੇ ਸਾਡੀ ਅਰਦਾਸ ਹੈ ਵਾਹਿਗੁਰੂ ਦੇ ਚਰਨਾਂ 'ਚ ਬਟ ਕਿਸੇ ਦਾ ਨੁਕਸਾਨ ਹੋ ਜੇ ਰੱਬ ਨਾ ਕਰੇ ਕਿਸੇ ਦੀ ਇੱਕ ਬਾਹ ਕੱਟੀ ਜਾਂਦੀ ਹੈ ਕਿਤੇ ਕਿਤੇ ਜੰਗ ਦੇ ਮੈਦਾਨ 'ਚ ਉਹ ਇਸ ਤਰ੍ਹਾਂ ਉਹਦੇ ਵਾਸਤੇ ਉਹਦੀ ਖਾਨ ਦੇ ਖਿਲਾਫ ਲਫ਼ਜ਼ ਨਹੀਂ ਬੋਲਣ ਉਹਦੇ ਲਈ ਲਫ਼ਜ਼ ਬੋਲਦਾ ਲੱਖ ਬਾਹਾਂ ਵਾਹ ਇਹ ਲੱਖਾਂ ਬਾਹਾਂ ਵਾਲਾ ਆ ਆਹ ਵਾਹ ਇਸਰੇ ਖਾਲਸੀ ਦੇ ਬੋਲੇ ਜਿੱਦਾਂ ਆਪਾਂ ਪ੍ਰਸ਼ਾਦਾ ਸ਼ਬਦ ਤੁਸੀਂ ਲੰਗਰ ਦੇ ਵਿੱਚ ਜਾਓਗੇ ਤੇ ਕਹਿੰਦੇ ਤੁਹਾਨੂੰ ਇਹ ਨਹੀਂ ਕਹਿੰਦੇ ਰੋਟੀ ਲੈ ਲੈ ਹੁਲਕਾ ਲੈ ਲੈ ਇਤਰਾ ਨਹੀਂ ਕਹਿੰਦੇ ਤਾਂ ਤੂੰ ਇਹ ਕੋਈ ਇਸ ਤਰ੍ਹਾਂ ਉਤੇ ਨਾਨ ਲੈ ਲੈ ਤੂੰ ਉਹਨੂੰ ਕਹਿਣਗੇ ਪ੍ਰਸ਼ਾਦਾ ਦੇਈਏ ਪ੍ਰਸ਼ਾਦ ਤੋਂ ਬਣਿਆ ਸ਼ਬਦ ਪ੍ਰਸ਼ਾਦਾ ਜੀ ਜੀ ਇਦਾਂ ਹੀ ਵਿਦਵਾਨਾਂ ਨੇ ਲਿਖਿਆ ਵੀ ਜਿਹੜਾ ਐਸੇ ਬੋਲਾ ਹੋਲਾ ਹੈ ਕਲਗੀਧਰ ਪਾਤਸ਼ਾਹ ਨੇ ਆਖਿਆ ਤੁਸੀਂ ਮਨਾਉਣਾ ਸਾਰਾ ਕੁਝ ਇਸ ਤਰ੍ਹਾਂ ਚੜ੍ਹਦੀ ਕਲਾ ਨਾਲ ਬਟ ਤੁਸੀਂ ਇਹਨੂੰ ਹੋਲਾ ਸ਼ਬਦ ਹੈ ਜਿਹੜਾ ਏ ਮੇਰਾ ਖਾਲਸਾ ਹੈ ਜਿਹੜਾ ਵਰਤੇਗਾ ਉਹਦੇ ਨਾਲ ਇੱਕ ਤੇ ਜੰਗ ਦੇ ਮੈਦਾਨ ਮੈਦਾਨ ਦੇ ਵਿੱਚ ਵੀ ਜਦੋਂ ਤੁਸੀਂ ਵਿਚਰਦੇ ਆ ਜੰਗ ਲੜਦੇ ਆ ਤਾਂ ਉਸ ਵੇਲੇ ਵੀ ਇਹ ਦੁਸ਼ਮਣ ਨੂੰ ਪਤਾ ਨਹੀਂ ਲੱਗਦਾ ਪੀ ਇਹ ਕੀ ਗੱਲਾਂ ਕਰ ਰਿਹਾ ਹੈ ਅਮ ਧਰਮਵੀਰ ਸਿੰਘ ਜੀ ਤੁਸੀਂ ਇੱਕ ਗੱਲ ਛੇੜੀਏ ਜਿਹਦੇ ਬਾਰੇ ਮੈਂ ਥੋੜੀ ਜੀ ਹੋਰ ਡੂੰਗੀ ਤੌਰ ਤੇ ਤੁਹਾਡੇ ਤੋਂ ਸਵਾਲ ਪੁੱਛਣਾ ਚਾਹੁੰਦੀ ਆ ਕਿ ਇੱਕ ਵਾਰੀ ਫਿਰ ਸਾਡੇ ਸਿੱਖਾਂ ਲਈ ਜਾਂ ਪੰਜਾਬੀ ਵਿੱਚ ਜੋ ਚੜਦੀ ਕਲਾ ਵਰਤਿਆ ਜਾਂਦਾ ਹੈ ਲਵਜ਼ ਫਰੇਜ਼ ਕਿਹਾ ਜਾਂਦਾ ਹੈ ਲੋਕਾਂ ਨੂੰ ਤਾਂ ਮਤਲਬ ਸਾਨੂੰ ਤਾਂ ਆਦਤ ਪਈ ਹੈ ਕਿ ਹਾਂ ਜੀ ਚੜਦੀ ਕਲਾ ਚ ਹੈਗੇ ਆਪਾ ਹੈ ਨਾ ਅਮ ਬਟ ਦੂਜਿਆਂ ਨੂੰ ਇਹ ਚੀਜ਼ ਸਮਝ ਨਹੀਂ ਲੱਗਦੀ ਕਿ ਇਹ ਹੈ ਕਿ ਚੜਦੀ ਕਲਾ ਹੈ ਨਾ ਅਮ ਅਗਰ ਮੈਂ ਇਹਨੂੰ ਇੰਗਲਿਸ਼ ਵਿੱਚ ਕੋਈ ਟਰਾਂਸਲੇਸ਼ਨ ਕਰਨੀ ਹੋ ਮੈਂ ਕਹਾਂਗੀ ਇਟਰਨਲ ਆਪਟਿਮਿਜ਼ਮ ਹੈ ਨਾ ਕਿ ਤੁਸੀਂ ਸਦਾ ਹੀ ਪੋਜ਼ਿਟਿਵ ਰਹਿੰਦੇ ਹੋ ਮਾੜੀ ਤੋਂ ਮਾੜੀ ਸਿਚੁਏਸ਼ਨ ਹੋਵੇ ਉਹਦੇ ਵਿੱਚ ਵੀ ਤੁਸੀਂ ਪੋਜ਼ਿਟਿਵ ਰਹਿੰਦੇ ਜਿਸ ਤਰ੍ਹਾਂ ਤੁਸੀਂ ਹੁਣੇ ਦੱਸ ਰਹੇ ਸੀ ਕਿ ਜੋ ਖਾਲਸੇ ਦੀ ਬੋਲੀ ਹੈ ਉਹਦੇ ਵਿੱਚ ਵੀ ਚੜ੍ਹਦੀ ਕਲਾ ਇੱਕ ਇੱਕ ਲਫ਼ਜ਼ ਵਿੱਚ ਸੁਣਨ ਨੂੰ ਮਿਲਦਾ ਹੈ ਕਿ ਭਾਵੇਂ ਤੁਸੀਂ ਮੈਦਾਨੇ ਜੰਗ ਦੇ ਵਿੱਚ ਹੋ ਤੁਹਾਡਾ ਦੁਸ਼ਮਣ ਤੁਹਾਨੂੰ ਸੁਣ ਰਿਹਾ ਉਹਨਾਂ ਨੂੰ ਵੀ ਨਹੀਂ ਸਮਝ ਲੱਗਣੀ ਭਾਵੇਂ ਤੁਸੀਂ ਉੱਦਾਂ ਹੀ ਬੈ ਕੇ ਆਪਣੇ ਮਿੱਤਰਾਂ ਦੇ ਨਾਲ ਗੱਲ ਕਰ ਰਹੇ ਹੋ ਤਦ ਵੀ ਮਤਲਬ ਹਮੇਸ਼ਾ ਪੋਜ਼ਿਟਿਵਿਟੀ ਇੱਕ ਇੱਕ ਲਫ਼ਜ਼ ਵਿੱਚ ਹੈਗੀ ਬੜੀ ਵਧੀਆ ਗੱਲ ਭੈਣ ਜੀ ਵੇਖੋ ਅਸੀਂ ਇਹ ਗੱਲ ਅਰਦਾਸ ਦੇ ਵਿੱਚ ਜਿਹੜੀ ਡੇਲੀ ਦੀ ਪ੍ਰੇਅਰ ਆ ਸਾਡੀ ਅਸੀਂ ਉਹਦੇ ਵਿੱਚ ਐਡ ਕਰ ਲਈਏ ਇਹ ਲਫਜ਼ ਹਾਂਜੀ ਹਾਂਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਜੀ ਸਰਬੱਤ ਦਾ ਭਲਾ ਔਰ ਇਹ ਜਿਹੜੀ ਚੀਜ਼ ਹੈ ਵੀ ਹਰ ਵਕਤ 24 ਆਵਰਸ ਜਿਹੜਾ ਉਹ ਤੁਸੀਂ ਪੋਜ਼ਿਟਿਵ ਸੋਚ ਦੇ ਵਿੱਚ ਰਹਿਣਾ ਹੈ ਕਿਸੇ ਮਤ ਮਜ਼ਬ ਧਰਮ ਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਓਨੀ ਹੈਗੀਆਂ ਆਪਣੇ ਕੋ ਟਾਈਮ ਲਿਮਟ ਲਿਮਟਿਡ ਹੈ ਆਪਣੇ ਕੋ ਟਾਈਮ ਦੀ ਲਿਮਟ ਹੈ ਪਰ ਤੁਹਾਨੂੰ ਮੈਂ ਇੱਕ ਇੱਕ ਮਿੰਟ ਦੀ ਮੈਂ ਤੁਹਾਨੂੰ ਇੱਕ ਗੱਲ ਜੇ ਆਗਿਆ ਹੋਵੇ ਤਾਂ ਮੈਂ ਤੁਹਾਨੂੰ ਇਹਦੀ ਗੱਲ ਦੱਸਦਾ ਹਾਂ ਜੀ ਜੀ ਪਲੀਜ਼ 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 ਦੱਸੋ ਚੜ੍ਹ ਦੀ ਕਲਾ ਦੀ ਇਹ ਜਿਹੜਾ ਹੈਗਾ ਸਵਿਟਜ਼ਰਲੈਂਡ ਹੈ ਨਾ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਜਨੇਵਾ ਆ ਹਾਂਜੀ ਜਿੱਥੇ ਯੂ ਐਫਓ ਦਾ ਆਫਿਸ ਹੈ ਜਨੇਵਾ ਦੇ ਵਿੱਚ ਇੱਕ ਵਾਰੀ ਇਹ ਸਾਰੇ ਦੁਨੀਆ ਦੇ ਜਿਹੜੇ ਧਰਮ ਨੇ ਉਹਨਾਂ ਦੀ ਇੱਕ ਸਾਂਝੀ ਕਾਨਫਰੰਸ ਹੋਈ ਉੱਥੇ ਹਮ ਵਾਕ ਵਾਕ ਦੁਨੀਆ ਦੇ 100 ਤੋਂ ਵੱਧ ਧਰਮਾਂ ਦੇ ਲੋਕਾਂ ਨੇ ਜਿਹੜੇ ਉੱਥੋਂ ਉਦੋਂ ਦੇ ਫਿਲਾਸਫਰ ਲੋਕ ਸੀ ਉਹਨਾਂ ਨੇ ਹਿੱਸਾ ਲਿਆ ਉਹਦੇ ਵਿੱਚ ਇੰਡੀਆ ਤੋਂ ਡਾਕਟਰ ਰਾਧਾ ਕ੍ਰਿਸ਼ਨ ਇਹਦੇ ਵਿੱਚ ਸ਼ਾਮਲ ਹੋਏ ਸੀ ਜੀ ਇਹ ਉਹੀ ਡਾਕਟਰ ਰਾਧਾ ਕ੍ਰਿਸ਼ਨ ਹੈ ਜਿਹੜੇ ਸਮਾਂ ਪਾ ਕੇ ਇੰਡੀਆ ਦੇ ਪ੍ਰੈਜ਼ੀਡੈਂਟ ਵੀ ਰਹੇ ਆ ਜਦੋਂ ਡਾਕਟਰ ਰਾਧਾ ਕ੍ਰਿਸ਼ਨ ਦੀ ਵਾਰੀ ਆਈ ਨਾ ਬੋਲਣ ਦੀ ਉਸ ਕਾਨਫਰੰਸ ਦੇ ਵਿੱਚ ਤੇ ਵੱਖ-ਵੱਖ ਧਰਮਾਂ ਦੇ ਲੋਕ ਹੁਣ ਬੈਠੇ ਫਿਲਾਸਫਰ ਲੋਕ ਡਾਕਟਰ ਰਾਧਾ ਕ੍ਰਿਸ਼ਨ ਨੇ ਸਟੇਜ ਤੇ ਆ ਕੇ ਸਭ ਤੋਂ ਪਹਿਲਾਂ ਉਹ ਕਹਿੰਦੇ ਜਿਹੜਾ ਮੇਰਾ ਆਪਣਾ ਟੌਪਿਕ ਆ ਨਾ ਉਹਦੇ ਤੇ ਕਹਿੰਦੇ ਮੈਂ ਬਾਅਦ ਵਿੱਚ ਗੱਲ ਕਰਾਂਗਾ ਪਰ ਮੇਰਾ ਜਿੰਨੇ ਵੀ ਤੁਸੀਂ ਬੈਠੇ ਹੋ ਸਾਰਿਆਂ ਵਾਸਤੇ ਕਹਿੰਦੇ ਇੱਕ ਕੁਐਸਚਨ ਆ ਮੇਰਾ ਜੇ ਕਿਸੇ ਨੂੰ ਪਤਾ ਹੋਏ ਤੇ ਮੈਨੂੰ ਦੱਸੋ ਡਾਕਟਰ ਰਾਧਾ ਕ੍ਰਿਸ਼ਨ ਜੀ ਨੇ ਉੱਥੇ ਇੰਗਲਿਸ਼ ਦੇ ਵਿੱਚ ਲੈਕਚਰ ਦਿੱਤਾ ਤੇ ਉਹਨਾਂ ਨੇ ਕੁਐਸਚਨ ਕੀਤਾ ਮੈਂ ਪੰਜਾਬੀ ਵਿੱਚ ਦੱਸ ਰਿਹਾ ਉਹ ਕਹਿੰਦੇ ਦੁਨੀਆ ਵਿੱਚ ਕੋਈ ਐਸਾ ਧਰਮ ਹੈਗਾ ਉਹਦੇ ਪੈਰੋਕਾਰ ਇਹੋ ਜਿਹੇ ਹੈਗੇ ਵੀ ਜਿਸ ਦੇ ਵਿੱਚ ਜਿਹੜਾ ਗੀਤ ਉਸ ਧਰਮ ਦੇ ਲੋਕ ਕਿਸੇ ਬੱਚੇ ਦੇ ਜਨਮ ਤੇ ਗਾਉਣ ਉਹੀ ਗੀਤ ਵਿਆਹ ਤੇ ਵੀ ਗਾਉਣ ਤੇ ਉਹੀ ਗੀਤ ਕਿਸੇ ਦੀ ਡੈਥ ਹੋ ਗਈ ਹੋਵੇ ਤੇ ਤਾਂ ਵੀ ਗਾਉਣ ਹੂੰ ਇੱਕ ਹੀ ਐਸਾ ਗੀਤ ਜਿਹੜਾ ਮੌਤ ਤੇ ਵੀ ਗਾਇਆ ਜਾਂਦਾ ਤੇ ਵਿਆਹ ਤੇ ਵੀ ਗਾਇਆ ਜਾਂਦਾ ਤੇ ਕਿਸੇ ਦੀ ਮੌਤ ਤੇ ਵੀ ਗਾਇਆ ਜਾਂਦਾ ਜੀ ਉਹ ਜਿੰਨੇ ਲੋਕ ਭੈਣ ਜੀ ਉੱਥੇ ਸੀਗੇ ਉਹ ਸਾਰੇ ਹੈਰਾਨ ਹੋ ਗਏ ਉਹ ਕਹਿੰਦੇ ਜਨਮ ਦੇ ਵੱਖਰਾ ਸੌਂਗਾ ਵਿਆਹ ਦੇ ਵੱਖਰੇ ਗੀਤ ਨੇ ਕਿਸੇ ਦੀ ਮੌਤ ਹੋ ਜੇ ਉਹਦੇ ਵੱਖਰੇ ਨਹੀਂ ਇਹ ਕੀ ਗੱਲ ਹੋ ਇੱਕੋ ਹੀ ਗੀਤ ਹਰ ਸਮੇਂ ਵਿਆਹ ਵੇਲੇ ਵੀ ਗਾਇਆ ਜਾਵੇ ਤੇ ਕਿਸੇ ਦੀ ਮੌਤ ਤੇ ਵੀ ਗਾਇਆ ਜਾਏ ਵਿਚੋਂ ਆਵਾਜ਼ਾਂ ਆਉਣ ਲੱਗੀਆਂ ਉਹ ਕਹਿੰਦੇ ਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਡਾਕਟਰ ਰਾਧਾ ਕ੍ਰਿਸ਼ਨ ਕਹਿੰਦੇ ਵੱਖਰੀ ਗੱਲ ਹੈ ਕਿ ਤੁਹਾਨੂੰ ਨਹੀਂ ਪਤਾ ਜੀ ਉਹ ਆਵਾਜ਼ਾਂ ਆ ਗਈਆਂ ਤੇ ਦੱਸੋ ਜੀ ਤੁਸੀਂ ਆਪ ਹੀ ਦੱਸੋ ਡਾਕਟਰ ਰਾਧਾ ਕ੍ਰਿਸ਼ਨ ਨੇ ਕਿਹਾ ਦੁਨੀਆਂ ਦਾ ਇੱਕੋ ਧਰਮ ਹੈ ਉਹ ਹੈ ਸਿੱਖ ਧਰਮ ਹੂੰ ਜਦੋਂ ਕਿਸੇ ਦੇ ਬੱਚੇ ਦਾ ਜਨਮ ਦਿਨ ਹੁੰਦਾ ਆ ਜਾਂ ਬੱਚਾ ਪੈਦਾ ਹੁੰਦਾ ਤੇ ਉਹ ਗੁਰਦੁਆਰੇ ਆ ਕੇ ਮਹਾਰਾਜ ਦਾ ਓਟ ਆਸਰਾ ਲੈਂਦਾ ਜਾਂ ਪਾਠ ਕਰਾਉਂਦਾ ਤੇ ਸਿੱਖ ਗਾਉਂਦੇ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਜੀ ਜਦੋਂ ਇਹਨਾਂ ਦੇ ਵਿਆਹ ਹੁੰਦਾ ਕਿਸੇ ਬੱਚੇ ਬੱਚੀ ਦੀਆਂ ਲਾਵਾਂ ਹੁੰਦੀਆਂ ਆਨੰਦ ਕਾਰਜ ਹੁੰਦਾ ਮੈਰਿਜ ਹੁੰਦੀਆਂ ਇਹ ਤਾਂ ਵੀ ਗਾਉਂਦੇ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਜਦੋਂ ਇਹਨਾਂ ਦੇ ਘਰ ਕੋਈ ਅਕਾਲ ਚਲਣਾ ਕਰ ਜਾਂਦਾ ਡੈਥ ਹੋ ਜਾਂਦੀ ਤਾਂ ਵੀ ਕਿਸੇ ਦਾ ਕੋਈ ਭੋਗ ਪੈਂਦਾ ਤੇ ਮਹਾਰਾਜ ਦੀ ਹਜ਼ੂਰੀ 'ਚੇ ਬੈਠਦੇ ਤੇ ਤਾਂ ਵੀ ਇਹ ਗਾਉਂਦੇ ਆ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਬਿਲਕੁਲ ਮਤਲਬ ਇਹ ਆਨੰਦ ਦਾ ਪੱਲਾ ਖੁਸ਼ੀ ਦਾ ਪੱਲਾ ਨਹੀਂ ਛੱਡਦੇ ਇਹ ਹਰ ਸਮੇਂ ਕਿਸੇ ਦਾ ਵਿਆਹ ਆ ਭਾਵੇਂ ਬੱਚੇ ਦਾ ਜਨਮ ਆ ਭਾਵੇਂ ਕੋਈ ਇਹਨਾਂ ਦੇ ਘਰੋਂ ਦੁਨੀਆ ਤੋਂ ਤੁਰ ਗਿਆ ਇਹ ਆਨੰਦ ਦਾ ਪੱਲਾ ਨਹੀਂ ਖੁਸ਼ੀ ਦਾ ਪੱਲਾ ਨਹੀਂ ਛੱਡਦੇ ਇਹ ਜਿਹੜੇ ਲੋਕ ਆ ਜੀ ਜੀ ਧਰਮਵੀਰ ਸਿੰਘ ਜੀ ਅਮ ਇਹ ਸੇ ਚੀਜ਼ ਤੇ ਮੈਂ ਇਹ ਮਤਲਬ ਪਰਫੈਕਟ ਤੁਸੀਂ ਮੈਨੂੰ ਟਰਾਂਜੀਸ਼ਨ ਦਾ ਮੌਕਾ ਦਿੱਤੇ ਆ ਬਿਕਾਜ਼ ਅ ਮੈਂ ਇੱਥੇ ਮੋਰਚੇ ਦੀ ਗੱਲ ਕਰਨਾ ਚਾਹੁੰਦੀ ਆ ਬਿਕਾਜ਼ ਉੱਥੇ ਵੀ ਇਹ ਚੜਦੀ ਕਲਾ ਇਹ ਆਨੰਦ ਹਰ ਇੱਕ ਛੋਟੀ ਤੋਂ ਛੋਟੀ ਤਕਲੀਫ ਵੱਡੀ ਤੋਂ ਵੱਡੀ ਅਰਚਨ ਤੋਂ ਲੈ ਕੇ ਉੱਥੇ ਦਾ ਜੋ ਮਾਹੌਲ ਹੈ ਉਹ ਇੱਕ ਦਮ ਚੜ੍ਹਦੀ ਕਲਾ ਦਾ ਬਣਿਆ ਹੋਇਆ ਹੈ ਭਾਵੇਂ ਉਹ ਸਿੱਖ ਮਨਾ ਰਿਹਾ ਹੈ ਜਾਂ ਨਾਨ ਸਿੱਖ ਵੀ ਜੋ ਉੱਥੇ ਹੈਗੇ ਉਹ ਵੀ ਇਸ ਚੀਜ਼ ਦੇ ਵਿੱਚ ਹੁਣ ਸ਼ਾਮਿਲ ਹਨ ਉਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਥੋੜੀ ਤੁਹਾਡੇ ਨਾਲ ਬਹੁਤ ਵਧੀਆ ਗੱਲ ਹੈ ਇਹਦਾ ਇਹ ਹੈ ਕਿ ਜਿਵੇਂ ਨਿਹੰਗ ਸਿੰਘ ਆਪ ਜੀ ਨੇ ਪਹਿਲਾਂ ਵੀ ਦੱਸਿਆ ਵੀ ਉੱਥੇ ਵੀ ਪਹੁੰਚੇ ਹੋਏ ਆ ਪਹਿਲੀ ਗੱਲ ਚੜ੍ਹਦੀ ਕਲਾ ਦੀ ਗੱਲ ਜਿਹੜੀ ਤੁਸੀਂ ਪਹਿਲਾਂ ਕੀਤੀ ਸੀ ਮੈਨੂੰ ਬਹੁਤ ਮੇਰੇ ਦਿਲ ਨੂੰ ਛੂਹੀ ਉਹ ਗੱਲ ਕਿ ਮੈਂ ਅਸ਼ਮਿਤਾ ਜੀ ਦੇਖਿਆ ਦੋ ਦੋ ਸਾਲ 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 ਦਾ ਬੱਚਾ ਮੈਂ ਇੱਕ ਦੇਤੇ ਦੇਖਿਆ ਸੀਗਾ ਦੂਸਰੇ ਤੇ ਸੋਸ਼ਲ ਮੀਡੀਆ ਤੇ ਇੱਕ ਲੇਡੀ ਆ ਤੇ ਉਹ ਸਾਲ ਤੋਂ ਵੀ ਘੱਟ ਦਾ ਮੇਰੇ ਖਿਆਲ ਬੱਚਾ ਉਹਨੇ ਆਪਣੀ ਗੋਦੀ ਚ ਲਿਆ ਹੋਇਆ ਔਰ ਉਹ ਜਿਹੜੇ ਹਰੇ ਰੰਗ ਦੇ ਉਹ ਦਸਤਾਰਾਂ ਸਜਾਈਆਂ ਉਹਨਾਂ ਨੇ ਜਾ ਤੇ ਉਹ ਬੱਚੇ ਨੂੰ ਦੁੱਧ ਪਿਆ ਰਹੀ ਆ ਉਹ ਔਰਤ ਹੈ ਜਿਹੜੀ ਤੇ ਉਹ ਦਸੰਬਰ ਜਨਵਰੀ ਦੇ ਮਹੀਨੇ ਵਿੱਚ ਜਦੋਂ ਕਿ ਉੱਥੇ ਇੰਨੀ ਠੰਡ ਔਰ ਇੰਨੀ ਧੁੰਦ ਪੈ ਰਹੀ ਸੀ ਉਹ ਉੱਥੇ ਬੈਠੀ ਆ ਮੈਂ ਤਾਂ ਕਹਾਂਗੀ ਕਿ ਕੱਲ੍ਹ ਦੇ ਵਿੱਚ ਆ ਬਿਲਕੁਲ ਉੱਥੇ ਤਾਂ ਆਈ ਮੀਨ ਮੈਂ ਪੂਰੀ ਗੱਲ ਕਰਨਾ ਚਾਹੁੰਦੀ ਥੀ ਇੱਕ ਛੋਟੀ ਜਿਹੀ ਬ੍ਰੇਕ ਲਈ ਸਾਨੂੰ ਰੁਕਣਾ ਪੈ ਰਿਹਾ ਤੁਸੀਂ ਕਿੱਥੇ ਨਾ ਜਾਓ ਧਰਮਵੀਰ ਸਿੰਘ ਜੀ ਤੇ ਵਿਊਅਰਸ ਤੁਸੀਂ ਵੀ ਜੁੜੋ ਤੁਹਾਡੀ ਕਾਲਸ ਵੀ ਚੁੱਕਾਂਗੇ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਮੁਰਹਾਜ਼ਰ ਹੋਇਆ ਗੱਲ ਹੋ ਰਹੀ ਹੈ ਹੋਲਾ ਮਹੱਲਾ ਦੀ ਜੋ ਖਾਲਸਾ ਪੰਥ ਕਿਸ ਤਰ੍ਹਾਂ ਮੰਨਦੇ ਜਦੋਂ ਚੜ੍ਹਦੀ ਕਲਾ ਦੀ ਗੱਲ ਆਉਂਦੀ ਹੈ ਕਿਸ ਤਰ੍ਹਾਂ ਸਾਨੂੰ ਇਹ ਚੜ੍ਹਦੀ ਕਲਾ ਅੱਜ ਵੇਖਣ ਨੂੰ ਮਿਲ ਰਹੀ ਹੈ ਦਿੱਲੀ ਦੇ ਕਿਸਾਨ ਮੋਰਚੇ ਦੇ ਵਿੱਚ ਮੈਂ ਕਹਾਂਗੀ ਪੂਰੇ ਇੰਡੀਆ ਦੇ ਵਿੱਚ ਜਿੱਥੇ-ਜਿੱਥੇ ਇਹ ਮੋਰਚਾ ਲੱਗ ਰਿਹਾ ਹੈ ਉੱਥੇ ਚੜ੍ਹਦੀ ਕਲਾ ਵੇਖਣ ਨੂੰ ਮਿਲ ਰਹੀ ਹੈ ਇੱਕ-ਇੱਕ ਪ੍ਰੋਟੈਸਟਰ ਦੇ ਵਿੱਚ ਭਾਵੇਂ ਉਹ ਸਿੱਖ ਹੋਣ ਜਾਂ ਨਾ ਵੀ ਸਿੱਖ ਹੋਣ ਸਾਰਿਆਂ ਦੇ ਵਿੱਚ ਇਹ ਭਾਵਨਾ ਬਹੁਤ ਵੱਡੇ ਲੈਵਲ ਤੇ ਅੱਜ ਮੌਜੂਦ ਹੈ ਸਾਡੇ ਨਾਲ ਸਾਡੇ ਗੈਸਟ ਹੈਡ ਗ੍ਰੰਥੀ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ 118 ਨਿਊਯਾਰਕ ਤੋਂ ਸੱਜ ਨਾਲ ਜੁੜੇ ਹਨ ਧਰਮਵੀਰ ਸਿੰਘ ਜੀ ਤੁਸੀਂ ਸਾਨੂੰ ਇਤਿਹਾਸਿਕ ਤੌਰ ਤੇ ਵੀ ਤੇ ਇੱਕ ਇੱਕ ਲਫ਼ਜ਼ ਬਾਰੇ ਦੱਸਿਆ ਆ ਨਾ ਕਿ ਸਿਰਫ ਹੋਲਾ ਮਹੱਲਾ ਦੀ ਸ਼ੁਰੂਆਤ ਕਿੱਥੋਂ ਤੇ ਕਿਸ ਤਰ੍ਹਾਂ ਹੋਈ ਤੇ ਅੱਜ ਨੂੰ ਕਿਸ ਤਰ੍ਹਾਂ ਮਨਾਇਆ ਜਾਂਦਾ ਤੇ ਕਿਉਂ ਮਨਾਇਆ ਜਾਂਦਾ ਇਹ ਚੀਜ਼ ਬਹੁਤ ਇੰਪੋਰਟੈਂਟ ਹੈਗੀ ਧਰਮਵੀਰ ਸਿੰਘ ਜੀ ਮੈਂ ਤੁਹਾਨੂੰ ਇੱਕ ਆਪਣਾ ਪਰਸਨਲ ਐਕਸਪੀਰੀਅੰਸ ਇੱਥੇ ਸ਼ੇਅਰ ਕਰਨਾ ਚਾਹੁੰਦੀ ਆ ਸਵਾਲ ਪੁੱਛਣ ਤੋਂ ਪਹਿਲੇ ਜਦੋਂ ਮੈਂ ਦਿੱਲੀ ਸੀਗੀ ਉੱਥੇ ਅਮ ਯੂ نو ਇੱਕ ਹਿੰਦੂ ਜਰਨਲਿਸਟ ਦੇ ਨਾਲ ਮੇਰਾ ਕੰਟੈਕਟ ਹੋਇਆ ਜੋ ਇਸ ਮੋਰਚੇ ਬਾਰੇ ਹੋਰ ਜਾਣਕਾਰੀ ਪਾਣਾ ਚਾਹੁੰਦਾ ਸੀ ਤੇ ਉਹਨੇ ਮੈਨੂੰ ਕਿਹਾ ਕਿ ਤੁਹਾਡੀ ਤਾਂ ਕਵਰੇਜ ਲਗਾਤਾਰ ਚੱਲ ਰਹੀ ਹੈ ਮੈਂ ਤੁਹਾਡੇ ਨਾਲ ਆ ਸਕਦਾ ਹਾਂ ਤੁਸੀਂ ਮੈਨੂੰ ਦਿਖਾਓਗੇ ਮੋਰਚੇ 'ਚ ਕੀ ਹੋ ਰਿਹਾ ਮੈਨੂੰ ਥੋੜਾ ਜਿਹਾ ਡਰਜਾ ਲੱਗ ਰਿਹਾ ਉਹ ਦਿੱਲੀ ਦਾ ਹੀ ਸੀਗਾ ਪੱਤਰਕਾਰ ਸੀਗਾ ਹਿੰਦੂ ਲੇਕਿਨ ਉਹਨੂੰ ਜਿਆਦਾ ਪਤਾ ਨਹੀਂ ਸੀ ਕੀ ਹੋ ਰਿਹਾ ਮੋਰਚੇ ਦੇ ਵਿੱਚ ਉਹਨੂੰ ਤਾਂ ਜੋ ਉੱਥੇ ਦੀ ਮੀਡੀਆ ਦਿਖਾ ਰਹੀ ਸੀ ਖਬਰਾਂ ਉਹੀ ਉਹਨੂੰ ਪਤਾ ਸੀਗੀਆਂ ਤੇ ਮੈਂ ਉਹਨੂੰ ਲੈ ਕੇ ਗਈ ਟੀਮ ਸਾਡੀ ਗਈ ਆ ਸ਼ੂਟ ਕੀਤਾ ਨਿਊਜ਼ ਦਾ ਉਹਨੂੰ ਦਿਖਾਇਆ ਕਿਦਾਂ ਕੀ ਕੀ ਸਜਦਾ ਹੈ ਸਿੰਘੂ ਬਾਰਡਰ ਦੇ ਟਿਕਰੀ ਤੇ ਕੀ ਕੀ ਸੇਵਾਵਾਂ ਲੱਗ ਰਹੀਆਂ ਇਹ 26 ਤੋਂ ਪਹਿਲੇ ਦੀ ਗੱਲ ਹੈ ਤੇ ਮੈਂ ਉਹਨੂੰ ਲੈ ਕੇ ਗਈ ਤੇ ਬੰਦਾ ਇੰਨਾ ਹੈਰਾਨ ਇੰਨਾ ਹੈਰਾਨ ਕਹਿੰਦਾ ਕਿ ਮੈਨੂੰ ਇਹ ਚੜਦੀ ਕਲਾ ਮੈਨੂੰ ਸਮਝ ਨਹੀਂ ਲੱਗ ਰਹੀ ਕਿ ਕਿਸ ਤਰ੍ਹਾਂ ਇਹਨੂੰ ਮੈਂ ਡਿਸਕ੍ਰਾਈਬ ਕਰਾਂ ਮੈਂ ਇਹਨੂੰ ਕਿਸ ਤਰ੍ਹਾਂ ਸਮਝਾਂ ਕਹਿੰਦਾ ਕਿ ਮੈਨੂੰ ਤਾਂ ਇਦਾਂ ਲੱਗ ਰਿਹਾ ਸੀ ਕਿ ਇੱਥੇ ਪਤਾ ਨਹੀਂ ਕਿਸ ਤਰ੍ਹਾਂ ਦੇ ਹਾਲਾਤ ਹੋਣੇ ਇੱਥੇ ਤਾਂ ਲੰਗਰ ਸਜ ਰਿਹਾ ਹੈ ਇੱਥੇ ਤਾਂ ਸੇਵਾਵਾ ਹੋ ਰਹੀ ਏ ਇਹਨ ਜੋ ਲੋਕੀ ਜਿਨ੍ਹਾਂ ਨੂੰ ਕਲੀਅਰਲੀ ਕੋਈ ਨਾ ਕੋਈ ਤਕਲੀਫ ਵੀ ਹੈਗੀ ਉਹਨਾਂ ਨੂੰ ਵੀ ਜੇ ਤੁਸੀਂ ਪੁੱਛਦੇ ਹੋ ਕਿ ਤੁਹਾਨੂੰ ਕੋਈ ਚੀਜ਼ ਦੀ ਲੋੜ ਉਹ ਵੀ ਮੁਸਕਰਾ ਕੇ ਕਹਿੰਦੇ ਕਿ ਨਹੀਂ ਸਭ ਸਹੀ ਹੈ ਚੜ੍ਹਦੀ ਕਲਾ ਚ ਹੈਗੇ ਤੇ ਉਹਨੂੰ ਇਹ ਚੀਜ਼ ਮਤਲਬ ਹজম ਨਹੀਂ ਹੋ ਰਹੀ ਸੀ ਕਿ ਇਹ ਹੋ ਕੀ ਰਿਹਾ ਹੈ ਨਾ ਤੇ ਇਹ ਤਾਂ ਚਲੋ ਉੱਥੇ ਦੇ ਰਹਿਣ ਵਾਲੇ ਦੀ ਆਪਾਂ ਗੱਲ ਕਰ ਰਹੇ ਹਾਂ ਜੋ ਆਂਡੀਆਂ ਤੋਂ ਬਾਹਰ ਜਾਂ ਸਿੱਖ ਧਰਮ ਤੋਂ ਬਾਹਰ ਹੈਗੇ ਉਹਨਾਂ ਨੂੰ ਕਿਸ ਤਰ੍ਹਾਂ ਇਸ ਚੀਜ਼ ਬਾਰੇ ਆਪਾਂ ਦੱਸ ਸਕਦੇ ਹਾਂ ਖਾਸ ਕਰਕੇ ਕਿ ਇਹ ਕਿਸਾਨ ਮੋਰਚੇ ਦੇ ਵਿੱਚ ਕਿਸ ਤਰ੍ਹਾਂ ਪਲੇਆਊਟ ਹੋ ਰਹੀ ਹੈ ਅੱਜ ਦੀ ਡੇਟ ਦੇ ਵਿੱਚ ਤੁਸੀਂ ਸਾਨੂੰ ਕੀ ਕਹਿ ਸਕਦੇ ਹੋ ਇਹਦੇ ਬਾਰੇ ਇਹ ਤਾਂ ਹੁਣ ਜਿਵੇਂ ਤੁਹਾਡੇ ਕੋਲ ਮੀਡੀਆ ਹੁਣ ਕਿਉਂਕਿ ਸਾਧਨ ਜਿਹੜਾ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਹੁਣ ਇਹ ਤੁਹਾਡੇ ਕੋਲ ਇਲੈਕਟ੍ਰਿਕ মিডিਆ ਆ ਸੋਸ਼ਲ ਮੀਡੀਆ ਆ ਪੇਪਰ ਮੀਡੀਆ ਆ ਸਾਡੇ ਕੋਲ ਕਿਉਂਕਿ ਹੁਣ ਸਾਡੇ ਕੋਲ ਮੀਡੀਆ ਦੇ ਸਾਧਨ ਬਹੁਤ ਜ਼ਿਆਦਾ ਨੇ ਜੇ ਉਹ ਸਾਡੇ ਪ੍ਰਤੀ ਜਿਹੜਾ ਇੰਡੀਆ ਦੇ ਵਿੱਚ ਮੀਡੀਆ ਆ ਉਹ ਕੁਝ ਨਹੀਂ ਦਿਖਾ ਰਿਹਾ ਬਾਕੀ ਆ ਤੁਹਾਡੀ ਸਹੀ ਆ ਕਿ ਉਹਨਾਂ ਨੂੰ ਜੋ ਇੰਡੀਆ ਦਾ ਮੀਡੀਆ ਦਿਖਾ ਰਿਹਾ ਉਹਦੇ ਬਾਰੇ ਉਹੋ ਹੀ ਪਤਾ ਉਹਨਾਂ ਨੂੰ ਲੱਗ ਰਿਹਾ ਸੀ ਪਰ ਇਹ ਹੁਣ ਸਾਧਨ ਤਾਂ ਇਹ ਮੀਡੀਆ ਹੈ ਸਾਡੇ ਕੋਲ ਪੇਪਰ ਮੀਡੀਆ ਵੀ ਹੈ ਤੇ ਇਲੈਕਟ੍ਰਿਕ ਮੀਡੀਆ ਵੀ ਆ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਜ਼ੋਰ ਲੱਗਾ ਹੋਇਆ ਆ ਪਰ ਤੁਸੀਂ ਇਹ ਮੀਡੀਆ ਦਾ ਹੀ ਕਾਫੀ ਜ਼ੋਰ ਲਾ ਰਹੇ ਇਹੋ ਹੀ ਸਾਡੇ ਪਾਸ ਸਾਧਨ ਆ ਪੋਜ਼ਿਟਿਵਿਟੀ ਜਿਹੜੀ ਉਹਦੀ ਸਾਡੀ ਕੌਮ ਦੇ ਵਿੱਚ ਹੈਗੀ ਆ ਉਹ ਦਿਖਾਉਣ ਦੀ ਲੋੜ ਆ ਔਰ ਨਾਲ ਇਹ ਦੱਸਣ ਦੀ ਲੋੜ ਆ ਕਿ ਪੰਜਾਬ ਨੇ ਸਾਰੇ ਭਾਰਤ ਨੂੰ ਨਹੀਂ ਸਾਰੇ ਵਰਲਡ ਨੂੰ ਜਗਾ ਦਿੱਤਾ ਹੈ ਜੀ ਮਤਲਬ ਮੀਡੀਆ ਰਾਈ ਇਹ ਬੜਾ ਵਧੀਆ ਇੱਕ ਸਾਧਨ ਹੈ ਜਿਹਦੇ ਚੜ੍ਹਦੀ ਕਲਾ ਦੀ ਜਿਹੜੀ ਤੁਸੀਂ ਗੱਲ ਕੀਤੀ ਉਹਦੇ 'ਚ ਮੈਂ ਇੱਕ ਹੋਰ ਚੀਜ਼ ਨਾਲ ਜੋੜਨੀ ਚਾਹੁੰਦਾ ਸੀ ਭਾਈ ਸਹਿਬ ਭਾਈ ਤਾਰੂ ਸਿੰਘ ਜਿਨ੍ਹਾਂ ਦੀ ਖੋਪੜੀ ਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀਗਾ ਤੇ ਜਿਹੜਾ ਜ਼ਕਰੀਆ ਖਾਨ ਸੀ ਲਾਹੌਰ ਦਾ ਨਵਾਬ ਉਹ ਖੋਪੜੀ ਲੱਥਣ ਤੋਂ ਪਹਿਲਾਂ ਤਾਰੂ ਸਿੰਘ ਨੂੰ ਪੁੱਛਦਾ ਵੀ ਤੂੰ ਸਿੱਖ ਧਰਮ ਨਹੀਂ ਛੱਡਣਾ ਤੂੰ ਚੜ੍ਹਦੀ ਕਲਾ 'ਚ ਹੀ ਰਹਿਣਾ ਭਈ ਉਹ ਕਹਿੰਦਾ ਮੇਰੇ ਕੋਲ ਸਿੱਖੀ ਆ ਤੇ ਮੈਂ ਚੜ੍ਹਦੀ ਕਲਾ 'ਚ ਆ ਤਾਂ ਉਹ ਕਹਿੰਦੇ ਵੀ ਹੁਣ ਕਾਜੀ ਨੇ ਫਤਵਾ ਸੁਣਾ ਦਿੱਤਾ ਵੀ ਤੇਰੀ ਜਿਹੜੀ ਇਹ ਸਿਰ ਦੀ ਖੋਪੜੀ ਆ ਇਹ ਆ ਰੰਬੀ ਆ ਜਿਹੜੀ ਨਾ ਇਹਦੇ ਨਾਲ ਲਾ ਕੇ ਤੇ ਤੇ ਸਿਰ ਤੋਂ ਅਲੱਗ ਕਰ ਦੇਣੀ ਤੇਰੇ ਜੇ ਤੂੰ ਕਹਿੰਦਾ ਮੈਂ ਕੇਸਾਂ ਦੀ ਬੇਦਬੀ ਵੀ ਨਹੀਂ ਹੁਣ ਦੇਣੀ ਤੇ ਮੈਂ ਸਿੱਖੀ ਨਹੀਂ ਛੱਡਣੀ ਉਹ ਕਹਿੰਦਾ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਤੁਸੀਂ ਆਪਣਾ ਕੰਮ ਕਰੋ ਮੈਨੂੰ ਆਪਣਾ ਕਰਨ ਦਿਓ ਜਦੋਂ ਹੁਣ ਜਲਾਦ ਜਦੋਂ ਉਹਨੂੰ ਪੁੱਛਦੇ ਸੁਣਾ ਕਿ ਹਾਲ ਤੇ ਉਹ ਕਹਿੰਦਾ ਛੱਡ ਦੀ ਕਲਾ ਹੁਣ ਜਲਾਦ ਨੇ ਇੱਥੋਂ ਇੱਥੇ ਰੱਖੀ ਰੰਬੀ ਮਗਰ ਮਾਰੀ ਹਥੌੜੀ ਉਹਦੇ ਮੱਥੇ ਤੇ ਤੇ ਜਦੋਂ ਖੋਪੜੀ ਲਈ ਉਹਦੀ ਹੁਣ ਉਹਦੇ ਜੂੜਾ ਫੜ ਕੇ ਜੂੜੇ ਤੋਂ ਫੜ ਕੇ ਖੱਬੇ ਹੱਥ 'ਚ ਖੋਪੜੀ ਫੜ ਲਈ ਉਹਨੇ ਸੱਜੇ ਹੱਥ ਦੇ ਵਿੱਚ ਜਲਾਦ ਦੇ ਰੰਬੀ ਪਕੜੀ ਹੋਈ ਆ ਤੇ ਖੂਨ ਬਲੱਡ ਜਿਹੜਾ ਉਹਦੇ ਸਿਰ ਦੇ ਵਿੱਚੋਂ ਨਿਕਲ ਕੇ ਸਾਰਾ ਸਰੀਰ ਜਿਹੜਾ ਉਹਦਾ ਖੂਨ ਦੇ ਨਾਲ ਲਤਪਤ ਹੋ ਗਿਆ ਤੇ ਜਿਹੜਾ ਲਾਹੌਰ ਦਾ ਨਵਾਬ ਸੀ ਜ਼ਕਰੀਆ ਖਾਨ ਤੇ ਜਲਾਦ ਉਹਨੂੰ ਪੁੱਛਦੇ ਲਹੂ ਲਹਾਨ ਹੋਏ ਨੂੰ ਪੁੱਛਦੇ ਵੀ ਸੁਣਾ ਹੁਣ ਕੀ ਹਾਲ ਹੈ ਕਹਿੰਦਾ ਛੱਡ ਦੀ ਗੱਲਾ ਮਤਲਬ ਜਿਹੜਾ ਸਿੱਖ ਆ ਇਹ ਅੱਜ ਪ੍ਰਚਾਰ ਤੁਸੀਂ ਬਹੁਤ ਵਧੀਆ ਇਸ ਜਿਹੜਾ ਕੰਮ ਆ ਜਸ ਪੰਜਾਬੀ ਤੇ ਤੁਸੀਂ ਕਰ ਰਹੇ ਆ ਜਿਹੜਾ ਸਾਡੇ ਕੋਲ ਮੀਡੀਆ ਇੱਕ ਬੜਾ ਵਧੀਆ ਸਾਧਨ ਆ ਇਹ ਸਿੱਖੀ ਦੇ ਬਾਰੇ ਵਿੱਚ ਇਹ ਜਿਹੜੀਆਂ ਗੱਲਾਂ ਅੱਜ ਆਪਾਂ ਆ ਕੁਝ ਸਮੇਂ ਵਾਸਤੇ ਆਪਾਂ ਕਰ ਰਹੇ ਆ ਇਹ ਸਾਰੇ ਵਰਲਡ ਦੇ ਵਿੱਚ ਪ੍ਰਚਾਰਨ ਤੇ ਪ੍ਰਸਾਰਨ ਵਾਲੀਆਂ ਨੇ ਆ ਤਿੰਨ ਦਿਨ ਪਹਿਲਾਂ ਮੈਂ ਆ ਸੰਡੇ ਨੂੰ ਕਥਾ ਦੇ ਵਿੱਚ ਵੀ ਦੱਸਿਆ ਸੀਗਾ ਇਹ ਸੰਡੇ ਦੇ ਦੀਵਾਨ ਦੇ ਵਿੱਚ ਵੀ ਵੀ ਸਾਡੇ ਕੋਲ ਕੁਝ ਇੱਥੇ ਗੋਰੇ ਚਾਰ ਪੰਜ ਆਏ ਉਹਦੇ ਵਿੱਚ ਦੋ ਕ ਚੀਨੇ ਸੀਗੇ ਤੇ ਉਹ ਕਹਿੰਦੇ ਅਸੀਂ ਇਸ ਤਰ੍ਹਾਂ ਵੱਖ-ਵੱਖ ਧਰਮ ਸਥਾਨਾਂ ਤੇ ਜਾ ਰਹੇ ਹਾਂ ਤੇ ਅੱਜ ਅਸੀਂ ਤੁਹਾਡੇ ਕੋਲ ਗੁਰਦੁਆਰਾ ਸਾਹਿਬ ਆਏ ਹਾਂ ਤੇ ਤੁਸੀਂ ਆਪਣੇ ਧਰਮ ਬਾਰੇ ਸਾਨੂੰ ਕੁਝ ਦੱਸੋ ਪਹਿਲਾਂ ਮੈਂ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਵਿੱਚ ਦੱਸਿਆ ਫਿਰ ਮੈਂ ਉਹਨਾਂ ਨੂੰ ਕਿਚਨ ਦੇ ਵਿੱਚ ਲੈ ਕੇ ਗਿਆ ਜੀ ਮੈਂ ਕਿਹਾ ਆ ਦੇਖੋ ਇੱਥੇ ਫ੍ਰੀ ਕਿਚਨ ਉਹ ਫਿਰ ਉਹਨਾਂ ਨੂੰ ਕੋਵਟ ਦੇ ਵਿੱਚ ਜਿਹੜਾ ਸੀ ਕਲਚਰ ਸੁਸਾਇਟੀ ਤੋਂ ਜਾਂ ਹੋਰ ਗੁਰਦੁਆਰਿਆਂ ਤੋਂ ਕਿਵੇਂ-ਕਿਵੇਂ ਜਗ੍ਹਾ-ਜਗ੍ਹਾ ਤੇ ਲੰਗਰ ਲਾਇਆ ਗਿਆ ਕੱਲਾ ਲੰਗਰ ਹੀ ਨਹੀਂ ਲਾਇਆ ਗਿਆ ਲੋਕਾਂ ਦੇ ਘਰਾਂ ਤੱਕ ਪਾਰਟੀ ਤੱਕ ਦੀਆਂ ਥੈਲੀਆਂ ਤੇ ਕੂੜਾ ਜਿਹੜਾ ਉਹ ਉਹਨਾਂ ਨੂੰ ਪਹੁੰਚਾਇਆ ਗਿਆ ਜੀ ਜੀ ਇੱਕ ਗੌੜ ਦੇ ਵਿੱਚ ਅਸੀਂ ਵਿਸ਼ਵਾਸ ਰੱਖਦੇ ਆਂ ਇਹ ਇੱਕ ਸ਼ਾਦੀ ਅਸੀਂ ਕਰਵਾਉਨੇ ਆਂ ਤੇ ਇਸ ਤਰ੍ਹਾਂ ਸਾਡੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਗਈਆਂ ਹੈਗੀਆਂ ਦੂਸਰੀਆਂ ਜਿਹੜੀਆਂ ਆ ਵੱਖ-ਵੱਖ ਸ਼ਾਦੀਆਂ ਕਰਾਉਣੀਆਂ ਜਾਂ ਇਸ ਤਰ੍ਹਾਂ ਤੇ ਇੱਥੇ ਮੈਂ ਕਹਾਂ ਸਾਡੇ ਮੈਂ ਕਹਾਂ ਉਹਨਾਂ ਨੂੰ ਗੋਲਡਨ ਟੈਂਪਲ ਜਿਹਨੂੰ ਤੁਸੀਂ ਕਹਿੰਦੇ ਅਸੀਂ ਹਰਮੰਦਰ ਸਾਹਿਬ ਕਹਿੰਨੇ ਉੱਥੇ ਦੋ ਤੋਂ ਲੈ ਕੇ ਤੇ 250000 ਬੰਦਾ ਰੋਜ਼ ਉੱਥੇ ਲੰਗਰ ਛਕਦਾ ਇੱਕ ਗੋਰਾ ਹੱਥ ਜੋੜ ਕੇ ਤੇ ਉਹ ਲੰਮਾ ਪੈਣ ਵਾਲਾ ਹੋ ਗਿਆ ਧਰਤੀ ਤੇ ਤੇ ਉਹ ਫਿਰ ਉਹਨਾਂ ਨੂੰ ਮੈਂ ਕਿਹਾ ਵੀ ਇਹ ਵੰਡ ਕੇ ਛਕਣਾ ਜਿਹੜਾ ਆ ਜਾਂ ਜਿਹੜਾ ਤੁਸੀਂ ਕੀਤੀ ਵੀ ਉੱਥੇ ਲੰਗਰ ਚੱਲ ਰਿਹਾ ਉੱਥੇ ਜੇ ਕਿਸੇ ਨੂੰ ਬੁਖਾਰ ਚੜਿਆ ਦਿੱਲੀ ਬਾਰਡਰ ਤੇ ਤਾਂ ਉੱਥੇ ਉਹਨਾਂ ਨੂੰ ਦਵਾਈ ਵੀ ਦਿੱਤੀ ਜਾ ਰਹੀ ਜੁੱਤੀਆਂ ਪਾਲਿਸ਼ ਕਰ ਰਹੇ ਆ ਉੱਥੇ ਇਹ ਇਹ ਮੈਂ ਤਾਂ ਕਹਾਂਗੀ ਕਿ ਲੰਗਰ ਉੱਥੇ ਬੇਖੇ ਪਕੌੜੇ ਨਹੀਂ ਘੜ ਰਹੇ ਜਲੇਬੀਆਂ ਬਦਾਮਾਂ ਦਾ ਲੰਗਰ ਲੱਗਾ ਉੱਥੇ ਬਿਲਕੁਲ ਬਿਲਕੁਲ ਹਾਂਜੀ ਉਹ ਫਿਰ ਉਹਨਾਂ ਨੂੰ ਜਦੋਂ ਮੈਂ ਭੈਣ ਜੀ ਦੱਸਿਆ ਨਾ ਵੀ ਇਹ ਜਿਹੜੀਆਂ ਜਿਹੜੀਆਂ ਅਸੀਂ ਇਹ ਸਿਵਾਵਾਂ ਕਰ ਰਹੇ ਹਾਂ ਸਾਰੀਆਂ ਸਰਬੱਤ ਦੇ ਭਲੇ ਦੀ ਮੈਂ ਉਹਨਾਂ ਨੂੰ ਦੱਸਿਆ ਵੀ ਸਾਡੀ ਪ੍ਰੇਅਰ ਦੇ ਵਿੱਚ ਇਸ ਤਰ੍ਹਾਂ ਆਉਂਦਾ ਆ ਉਹ ਉਹਨਾਂ ਨੂੰ ਮੈਂ ਕਿਹਾ ਵੀ ਇਹ ਸਾਰਾ ਕੁਝ ਜੋ ਸਾਨੂੰ ਇਹ ਸਿੱਖਿਆ ਮਿਲੀ ਇਹ ਸਾਡਾ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਆ ਸਾਹਮਣੇ ਪ੍ਰਕਾਸ਼ ਕੀਤੇ ਇਹ ਉਹਦੇ ਵਿੱਚ ਲਿਖਿਆ ਹੋਇਆ ਵਾ ਸਾਨੂੰ ਸਿੱਖਿਆ ਦਿੱਤੀ ਆਏ ਜੀ ਜੀ ਬਿਲਕੁਲ ਬਿਲਕੁਲ ਉਹ ਇਹ ਗੋਰਾ ਭੈਣ ਜੀ ਮੈਨੂੰ ਕਹਿੰਦਾ ਤੇ ਕਿਚੀਨਾ ਉਹ ਕਹਿੰਦੇ ਵੀ ਅਸੀਂ ਮੱਥਾ ਤਾਂ ਪਹਿਲਾਂ ਵੀ ਠੀਕ ਆਇਆ ਪਰ ਹੁਣ ਅਸੀਂ ਦੁਬਾਰਾ ਉਸ ਗ੍ਰੰਥ ਨੂੰ ਮੱਥਾ ਟੇਕਣ ਵਾਸਤੇ ਜਾਣਾ ਕਿਉਂਕਿ ਹੁਣ ਸਾਨੂੰ ਉਹਦੇ ਬਾਰੇ ਪਤਾ ਲੱਗ ਗਿਆ ਵੀ ਇਹਦੇ ਚ ਲਿਖਿਆ ਕੀ ਆ ਕਿੰਨੀ ਵੱਡੀ ਗੱਲ ਐ ਕਿੰਨੀ ਵੱਡੀ ਗੱਲ ਐ ਜਿਹੜਾ ਤੁਸੀਂ ਇਹ ਦੱਸਿਆ ਨਾ ਵੀ ਇਹ ਇਸ ਤਰ੍ਹਾਂ ਸਿੱਕੀ ਦੇ ਪ੍ਰਚਾਰ ਤੇ ਪ੍ਰਸਾਰ ਦੀ ਲੋੜਿਆ ਇਹ ਗੱਲਾਂ ਸਾਰੇ ਵਰਲਡ ਦੂਸਰੇ ਮਤਾਂ ਮਜ਼ਮਾਂ ਧਰਮਾਂ ਦੇ ਲੋਕਾਂ ਨੂੰ ਦਸੀਏ। ਉਹ ਜਹ ਹੱਦ ਤੱਕ ਅਸੀਂ ਪਹੁੰਚ ਕੀਤੀ ਉਹਨਾਂ ਤੱਕ ਪਰ ਅੱਜ ਬਹੁਤ ਜ਼ਿਆਦਾ ਲੋੜਿਆ ਇਹ ਵੀ ਕਵਾਂਗੀ ਰਮੇ ਜੀ ਮੈਂ ਤਾਂ ਇਹ ਵੀ ਕਵਾਂਗੀ ਕਿ ਅੱਜ ਦੀ ਡੇਟ ਦੇ ਵਿੱਚ ਜਿੱਥੇ ਪੂਰੀ ਦੁਨੀਆ ਦੀ ਨਜ਼ਰ ਇਸ ਮੋਰਚੇ ਤੇ ਤੇ ਇੰਡੀਆ ਤੇ ਹੈਗੀ ਕਿ ਜੋ ਸਿੱਖ ਧਰਮ ਜੋ ਖਾਲਸਾ ਪੰਥ ਹੈ ਉਹ ਇੱਕ ਰੀੜ ਦੀ ਹੱਡੀ ਬਣਿਆ ਹੋਇਆ ਹੈ ਇਸ ਮੋਰਚੇ ਦੀ ਕਿ ਉਹਨੂੰ ਪੂਰੀ ਸ਼ਕਤੀ ਦੇ ਰਿਹਾ ਹੈ ਸਾਡੇ ਨਾਲ ਕੁਝ ਸਕਾਲਰਸ ਵੀ ਜੁੜ ਚੁੱਕੇ ਹੋ ਦੇ ਨਾਲ ਗੱਲ ਕਰਨਾ ਚਾਹੁੰਦੇ ਆ ਉਹਨਾਂ ਤੋਂ ਵੀ ਸੁਣ ਲੈਣੇ ਐਸਐਸਰੀ ਕਾਲ ਤੁਸੀਂ ਔਨ 에ਰੋ ਤੁਸੀਂ ਕਾਲ ਜੀ ਪਹਿਲਾਂ ਤਾਂ ਬਹੁਤ ਬਹੁਤ ਤੁਹਾਡਾ ਧੰਨਵਾਦਾ ਸ਼ਮਿਤਾ ਜੀ ਤੁਸੀਂ ਅੱਜ ਗੁਰੂ ਮਹਾਰਾਜ ਦੀ ਲਾੜਲੀ ਫੌਜ ਨਿਹੰਗ ਸਿੰਘਾਂ ਬਾਰੇ ਹੋਲੇ ਮਲੇ ਬਾਰੇ ਟੌਪਿਕ ਦੇ ਬਾਰੇ ਅੱਜ ਤੁਸੀਂ ਪ੍ਰੋਗਰਾਮ ਕੀਤਾ ਹੈ ਜੀ ਤੇ ਭਾਈ ਸਾਹਿਬ ਫਾਈਟਰਮ ਸਿੰਘ ਜੀ ਤਰਵਿਊ ਸਿੰਘ ਨੂੰ ਬੁਲਾਇਆ ਹੈ ਬਹੁਤ ਅੱਛੀ ਜਾਣਕਾਰੀ ਦੇ ਰਹੇ ਹੈ ਨਿਹੰਗ ਸਿੰਘਾਂ ਬਾਰੇ ਤੇ ਉਹਨਾਂ ਦਾ ਇੱਛਾ ਹੈ ਉਹਨਾਂ ਨੇ ਆਪਣੀ ਪਰੰਪਰਾ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਤੋਂ ਚੱਲਦੀ ਆ ਰਹੀ ਸੀ ਉਹਨੂੰ ਅੱਜ ਤੱਕ ਹੀ ਮੇਨਟੇਨ ਕੀਤਾ ਹੈ ਬਹੁਤ ਵੱਡੀ ਗੱਲ ਹੈ ਜੀ ਤੇ ਇਹਨਾਂ ਦੇ ਕੋਲੋਂ ਹੋਰ ਅਗਰ ਕੋਈ ਹੁਣ ਤਾਂ ਟਾਈਮ ਮੁੱਕ ਗਿਆ ਹੈ ਕੋਈ ਗੱਲ ਨਹੀਂ ਪੁੱਛੋ ਤੁਸੀਂ ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ ਹਾਂਜੀ ਜੀ ਜਿਸ ਕੇ ਬਾਰੇ ਦੱਸਿਆ ਜਾਂਦਾ ਬਹੁਤ ਮਜ਼ਾ ਆ ਰਿਹਾ ਸੀ ਇਹਨਾਂ ਨੂੰ ਸੁਣ ਕੇ ਜੀ ਤੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਇਹੋ ਜੇ ਪ੍ਰੋਗਰਾਮ ਜੋ ਜਦਾਂ ਸਿੱਖਾਂ ਦੇ ਕੋਈ ਤਿਉਹਾਰ ਹੁੰਦੇ ਹੈ ਜਾਂ ਇਹੋ ਜਿਹੀ ਦਿਨ ਹੁੰਦੇ ਹੈ ਤੁਸੀਂ ਅੱਜ ਦੇ ਮੁੱਦੇ ਵਿੱਚ ਇਹੋ ਜਿਹਾ ਟੌਪਿਕ ਇਹੋ ਜਿਹੇ ਹੈਡ ਗ੍ਰੰਤੀ ਜਾਂ ਇਹ ਜਿਹੜੇ ਪ੍ਰਚਾਰਕ ਹੈ ਉਹਨਾਂ ਨੂੰ ਬੁਲਾ ਕੇ ਜੀ ਥੋੜੀ ਉਹ ਜਾਣਕਾਰੀ ਦਿਆ ਕਰੋ ਲੋਕਾਂ ਤੱਕ ਪਹੁੰਚਿਆ ਕਰੇ ਬਹੁਤ ਅੱਛਾ ਚੱਲ ਰਿਹਾ ਹੈ ਥੈਂਕ ਯੂ ਜੀ ਤੁਹਾਡਾ ਸਵਾਲ ਸੀਗਾ ਸਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਸੀ ਉਹ ਮੈਂ ਪੁੱਛਣਾ ਚਾਹੁੰਦਾ ਸੀ ਕਿ ਇਹ ਜਿਲੇ ਨਿਆਂ ਸਿੰਘ ਲੰਗਰ ਤਿਆਰ ਕਰਦੇ ਆ ਇਹਨੇ ਆਪਣੇ ਜਗ੍ਹਾ ਤੇ ਤੇ ਇਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਲੰਗਰ ਸ਼ੁਰੂ ਤੋਂ ਪਹਿਲਾਂ ਕੋਈ ਵੀ ਹੋਰ ਜਿਹੜਾ ਉੱਥੇ ਜਾ ਰਿਹਾ ਆ ਰਿਹਾ ਕੋਈ ਨੰਗ ਰਿਹਾ ਉਹਨੂੰ ਬਲਾਕ ਹੈ ਉਹਨੂੰ ਜਰੂਰ ਲੰਗਾ ਸਿਖਾਉਣਗੇ ਪਹਿਲਾਂ ਉਹਦੇ ਕੋਲ ਉਹਦੇ ਕੋਲ ਪੋਲਵਾ ਕੇ ਇਹਨਾਂ ਦੀ ਕੋਸ਼ਿਸ਼ ਹੁੰਦੀ ਕਿ ਵੰਡ ਕੇ ਛਕੇ ਜਾਵੇ ਹਰ ਚੀਜ਼ ਆਪਣੇ ਖਾਂਡ ਤੋਂ ਪਹਿਲਾਂ ਇਹ ਕਹਿੰਦੇ ਕਿ ਸੋ ਹੋਰ ਹੋਰ ਦੇ ਮੂੰਹ ਦੇ ਵਿੱਚ ਉਹਨੂੰ ਪਾਇਆ ਜਾਵੇ ਤਾਂ ਇਹਨਾਂ ਨੂੰ ਮਿਲ ਕੇ ਆਨੰਦ ਮੰਨਦਾ ਜੀ 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 ਇਹਦੇ ਬਾਰੇ ਮੈਂ ਕਹਿੰਦਾ ਇਹਨੂੰ ਪਤਾ ਹੋਣਾ ਪਰ ਹੁਣ ਤਾਂ ਟਾਈਮ ਹੋ ਗਿਆ ਨਹੀਂ ਦੱਸ ਸਕਦਾ ਸਾਡੀ ਸਾਡੀ ਪਰੰਪਰਾ ਹੈ ਵੀ ਜੀ ਇਹ ਸਾਨੂੰ ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ ਤੋਂ ਵੰਡ ਛਕਣ ਦੀ ਜਿਹੜੀ ਜਾਚ ਦੱਸੀ ਹੈ ਨਾ ਹਾਂਜੀ ਤੇ ਇਦੇ ਵਾਸਤੇ ਮੈਂ ਤੁਹਾਡੇ 10 20 ਸਕਿੰਡ ਦੇ ਵਿੱਚ ਮੈਂ ਤੁਹਾਨੂੰ ਇੱਕ ਦਲੀਲ ਦੇਣਾ ਹੈ ਦੀ ਜੀ ਜੀ ਜਦੋਂ ਨਾਦਰ ਸ਼ਾ ਚੜ੍ਹ ਕੇ ਆਇਆ ਨਾ ਭਾਰਤ ਤੇ ਤੇ ਨਾਦਰ ਸ਼ਾ ਵੀ ਸਿੱਖਾਂ ਦਾ ਦੁਸ਼ਮਣ ਤੇ ਜਿਹੜਾ ਲਾਹੌਰ ਦਾ ਨਵਾਬ ਸੀ ਜ਼ਕਰੀਆ ਖਾਨ ਉਹ ਵੀ ਸਿੱਖਾਂ ਦਾ ਦੁਸ਼ਮਣ ਨਾਦਰ ਸ਼ਾ 18000 ਗੱਡਾ ਲੱਦ ਕੇ ਦਿੱਲੀ ਤੋਂ ਤੇ ਇਹ ਇਧਰ ਕਾਬਲ ਵਾਲੇ ਪਾਸੇ ਨੂੰ ਲੈ ਕੇ ਚੱਲਿਆ ਸੀ ਤੇ ਜਦੋਂ ਪੰਜਾਬ ਦੇ ਵਿੱਚੋਂ ਲੰਘਣ ਲੱਗਾ ਤੇ 1800 ਗੱਡੇ ਦੇ ਵਿੱਚੋਂ 900 ਗੱਡਾ ਇਹਦੇ ਕੋਲੋਂ ਸਿੱਖਾਂ ਨੇ ਖੋਲਿਆ ਸੀ ਇਹ ਜਦੋਂ ਲਾਹੌਰ ਪਹੁੰਚਿਆ ਜ਼ਕਰੀਆ ਖਾਨ ਨੂੰ ਇਹ ਪੁੱਛਦਾ ਸੀ ਕਿ ਇਹ ਕੌਣ ਆ ਜਿਹੜੇ ਕੇਸ ਦਾੜ੍ਹਾ ਵਾਲੇ ਤੇ ਸ਼ਸਤਰਧਾਰੀ ਲੋਕ ਆ ਕਿ ਮੈਂ ਦਿੱਲੀ ਤੱਕ ਇਸ ਦੇਸ਼ ਨੂੰ ਲੁੱਟਿਆ ਤੇ ਮੇਰੇ ਅੱਗੇ ਕਿਸੇ ਨੇ ਸਿਰ ਨਹੀਂ ਚੁੱਕਿਆ ਇਹ ਕੌਣ ਲੋਕ ਆ ਜ਼ਕਰੀਆ ਖਾਨ ਮਿਹਣ ਸਿੱਖਾਂ ਦਾ ਦੁਸ਼ਮਣ ਜਿਹਦੇ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀਗੇ ਉਹ ਕਹਿੰਦਾ ਇਹ ਸਿੱਖ ਲੋਕ ਆ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਵਾ ਏ ਉਹ ਕਹਿੰਦਾ ਇਹਨਾਂ ਦੀ ਕੋਈ ਖਾਸੀਅਤ ਦੱਸ ਕੋਈ ਗੁਣ ਦੱਸ ਮੈਨੂੰ ਨਾਦਰਸ਼ਾ ਕਹਿੰਦਾ ਇਹਨਾਂ ਦੇ ਜਿੱਥੇ ਉਹਨੇ ਬਾਕੀ ਗੁਣ ਦੱਸੇ ਉਹਦੇ ਵਿੱਚ ਉਹ ਕਹਿੰਦਾ ਇਹਨਾਂ ਦਾ ਇੱਕ ਗੁਣ ਆ ਵੀ ਇਹ ਵੰਡ ਕੇ ਸ਼ੱਕਦੇ ਆ ਹਮ ਨਾਦਰ ਸ਼ਾਹ ਕਹਿੰਦਾ ਵੀ ਜੇ ਜੰਗ ਦਾ ਮੈਦਾਨ ਹੋਵੇ ਤੇ ਜੰਗ ਦੇ ਮੈਦਾਨ ਵਿੱਚ ਜਦੋਂ ਕਿਤੇ ਲੰਗਰ ਤਿਆਰ ਕਰਦੇ ਆ ਤੇ ਜੇ ਇਹਨਾਂ ਦੀ ਪੰਗਤ ਵਿੱਚ ਕੋਈ ਦੁਸ਼ਮਣ ਬੈਠ ਜਾਵੇ ਜਾ ਕੇ ਤੇ ਕੀ ਉਹਨੂੰ ਫੜ ਕੇ ਮਾਰ ਦਿੰਦੇ ਪਕੜ ਲੈਂਦੇ ਜਾਂ ਉਹਨੂੰ ਲੰਗਰ ਛਕਾਉਂਦੇ ਆ ਪੰਥ ਪ੍ਰਕਾਸ਼ ਦੇ ਵਿੱਚ ਭੰਜੇ ਆਸ਼ਮితਾ ਜੀ ਦੋ ਲਾਈਨਾਂ ਲਿਖੀਆਂ ਉੱਥੇ ਵਿਦਵਾਨ ਰਤਨ ਸਿੰਘ ਭੰਗੂ ਹੋਰਾਂ ਨੇ ਉਹ ਕਹਿੰਦਾ ਦੋਵੇਂ ਸਿੱਖਾਂ ਦੇ ਦੁਸ਼ਮਣ ਨਾਲ ਗੱਲ ਕਰ ਰਹੇ ਆ ਆਪਸੇ ਵੀ ਚੇਤੇ ਰੱਖਣੀ ਗੱਲ ਇਹ ਸਾਡੇ ਗਰਦਨਾਂ ਫਖਰ ਨਾਲ ਸਾਡੇ ਸਿਰ ਹੋਰ ਉੱਚੇ ਹੋ ਜਾਂਦੇ ਜਦੋਂ ਸਾਡਾ ਦੁਸ਼ਮਣ ਸਾਡੀ ਸੇਫਤ ਕਰਦਾ ਹੈ ਬਿਲਕੁਲ ਤਾਂ ਜਕਰੀਆ ਖਾਨ ਦਾ ਖਾਨ ਕਹਿੰਦਾ ਉਸ ਵੇਲੇ ਕਹਿੰਦਾ ਉਸ ਸਮੇਂ ਵੈਰੀ ਕਿੰਮ ਆਵੇ ਪਰਮ ਮੀਤ ਸਮ ਤਾਂ ਹੀ ਛਕਾਵੇ ਕਹਿੰਦਾ ਉਸ ਵੇਲੇ ਵੈਰੀ ਵੀ ਆਣ ਕੇ ਇਹਨਾਂ ਦੀ ਪੰਗਤ ਵਿੱਚ ਬਹਿ ਜਾਵੇ ਤੇ ਇਹ ਉਹਨੂੰ ਆਪਣਾ ਮਿੱਤਰ ਸਮਝ ਕੇ ਛਕਾਉਂਦੇ ਆ ਤੇ ਉਹ ਨਾਦਰਸ਼ਾ ਕਹਿੰਦਾ ਵੀ ਜੇ ਬਾਹਰੋਂ ਆਏ ਲੋਕ ਹੀ ਇਹਨਾਂ ਦਾ ਲੰਗਰ ਪ੍ਰਸ਼ਾਦ ਖਾ ਜਾਣ ਛਕ ਜਾਣ ਇਹ ਕੀ ਕਰਦੇ ਆ ਉਹ ਕਹਿੰਦਾ ਪਿਛੇ ਬਚੇ ਤੋਂ ਆਪ ਖਲੇ ਹੈ ਨਾ ਹੀ ਤੋਂ ਲੰਗਰ ਮਸਤ ਬਤੇ ਹੈ ਕਹਿੰਦਾ ਜਿਹੜਾ ਪਿਛੋਂ ਬਚਦਾ ਆ ਉਹ ਖਾ ਲੈਂਦੇ ਆ ਜੇ ਨਹੀਂ ਬਚਦਾ ਤੇ ਇਹ ਕਹਿੰਦੇ ਲੰਗਰ ਮਸਤਾਨਾ ਹੋ ਗਿਆ ਹੈ ਮਤਲਬ ਇਹ ਨਹੀਂ ਕਹਿੰਦੇ ਲੰਗਰ ਮੁੱਕ ਗਿਆ ਮੁੱਕ ਗਿਆ ਸ਼ਬਦ ਹੀ ਨਹੀਂ ਹੈਗਾ ਇਹਨਾਂ ਕੋਲ ਇਹ ਤਾਂ ਖਾਲਸੇ ਦੀ ਬੋਲੀ ਹੈ ਜਿਸ ਤਰ੍ਹਾਂ ਸਾਡੀ ਗੱਲ ਚੱਲ ਰਹੀ ਸੀ ਇਹ ਤਾਂ ਬੋਲੀ ਆ ਅਨੋਖੀ ਹੈ ਮੈਂ ਕਹਾਂਗੀ ਹਾਂ ਜੀ ਜਿਸ ਤਰ੍ਹਾਂ ਵੀਰ ਜੀ ਨੇ ਗੱਲ ਕੀਤੀ ਆ ਉਹਦੇ ਮੈਂ ਦੱਸਣਾ ਚਾਹੁੰਦਾ ਸੀਗਾ ਵੀ ਇਹ ਦੁਸ਼ਮਣ ਵੀ ਇਹਨਾਂ ਦੀ ਪੰਗਤ ਵਿੱਚ ਆਣ ਕੇ ਬੈਠ ਜੇ ਤੇ ਉਹਨੂੰ ਇਹ ਮੋੜ ਦੇ ਨਹੀਂ ਜਿਹੜੀ ਦਿੱਲੀ ਬਾਰਡਰ ਦੀ ਤੁਸੀਂ ਗੱਲ ਕਰ ਰਹੇ ਉਹਨੂੰ ਮੈਂ ਹੌਲੇ-ਮਹਲੇ ਦੇ ਨਾਲ ਇੱਕ ਜ਼ਰੂਰ ਜੋੜ ਕੇ ਆਪ ਜੀ ਨਾਲ ਇਹ ਬਚਨ ਤੇ ਸੰਗਤ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਤੁਹਾਨੂੰ ਅਣਖ ਗੈਰਤ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਉਹ ਹੌਲਾ-ਮਹੱਲਾ ਦਿੱਤਾ ਸੀਗਾ ਜਦੋਂ ਸਮਾਂ ਪਿਆ ਫਿਰ ਬਾਹਰ ਆਜ ਕਲਗੀਧਰ ਪਾਤਸ਼ਾਹ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਘੱਲਿਆ ਸੀਗਾ ਐ ਸ੍ਰੀ ਹਜੂਰ ਸਾਹਿਬ ਤੋਂ ਪੰਜਾਬ ਵਾਲੇ ਪਾਸੇ ਜਿਸਨੇ ਅਣਕੇ ਸਹਿਬਜ਼ਾਦੇ ਜਿੱਤੇ ਸਹਿਬਜ਼ਾਦੇ ਸ਼ਹੀਦ ਹੋਏ ਵਜ਼ੀਰ ਖਾਨ ਸੀਗਾ ਤੇ ਜਿਹੜਾ ਬਾਕੀ ਸੀ ਉਹਨਾਂ ਨੂੰ ਸੌਦਾ ਲਾਇਆ ਤੇ ਸੌਦਾ ਲਾਇਆ ਸ਼ਬਦ ਵੀ ਉਹਨੇ ਕਾਲਸੇ ਦਾ ਹੀ ਆ ਗਿਆ ਨਾ ਉਹ ਲੈ ਮਲੇ ਇਸ ਵਾਰ ਨਾਲ ਹੀ ਸੰਬੰਧਤ ਤੇ ਉਹ ਬੰਦਾ ਸਿੰਘ ਬਹਾਦਰ ਨੇ ਜਦੋਂ ਸਰਹੰਦ ਆਣ ਕੇ ਖਾਲਸਾ ਰਾਜ ਕਾਇਮ ਕੀਤਾ ਸਭ ਤੋਂ ਪਹਿਲਾ ਸਿੱਖ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਪੈਨ ਜੀ ਜਿਹੜੀਆਂ ਅੱਜ ਸਾਡੇ ਜ਼ਿਮੀਂਦਾਰ ਲੋਕਾਂ ਦੇ ਕੋਲ ਜ਼ਮੀਨਾਂ ਆ ਇਹ ਟੋਟਲ ਜ਼ਮੀਨਾਂ A ਤੋਂ Z ਬਾਬਾ ਬੰਦਾ ਸਿੰਘ ਬਹਾਦਰ ਨੇ ਅਲਾਟ ਕੀਤੀ ਹੈ। ਹੂੰ ਜਿਨ੍ਹਾਂ ਦਾ ਅੱਜ ਅਸੀਂ ਸੰਘਰਸ਼ ਕਰ ਉਸ ਤੋਂ ਪਹਿਲਾਂ ਇਹ ਜਿਹੜੀਆਂ ਸਾਰੀਆਂ ਜ਼ਮੀਨਾਂ ਸੀ ਉਸ ਵੇਲੇ ਮੁਗਲ ਹਾਕਮ ਸੀਗੇ ਔਰੰਗਜ਼ੇਬ ਵਰਗੇ ਬਹਾਦਰ ਸ਼ਾਹ ਵਰਗੇ ਫਰਖਸੀਅਰ ਬਾਦਸ਼ਾਹ ਵਰਗੇ ਜਿਹੜੇ ਆ ਉਹ ਆਪ ਜਿਹੜੇ ਕਾਨੂੰਨ ਹੁਣ ਗਵਰਨਮੈਂਟ ਲੈ ਕੇ ਆਈ ਹੈ ਇਹ ਉਹ ਜਕਰ ਜਿਹੜੇ ਉਹ ਔਰੰਗਜ਼ੇਬ ਵਰਗੇ ਬੰਦੇ ਤੇ ਬਹਾਦਰ ਸ਼ਾਹ ਤੇ ਫਰਖਸੀਅਰ ਵਰਗੇ ਉਹ ਚੀਜ਼ ਕਰਨਾ ਚਾਹੁੰਦੇ ਆ ਜੋ ਸਾਮਰਾਜਵਾਦ ਪੈਦਾ ਕਰਨਾ ਚਾਹੁੰਦੇ ਫੇਰ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਜ਼ਮੀਨਾਂ ਅਲਾਟ ਕੀਤੀਆਂ ਸੀਗੀਆਂ ਜ਼ਿਮੀਂਦਾਰ ਲੋਕਾਂ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਮਲਾ ਵੀ ਉਹਨਾਂ ਦਾ ਜਿਹੜਾ ਸੀ ਉਹਨੇ ਕਿਹਾ ਕੋਈ ਟੈਕਸ ਨਹੀਂਗਾ ਤੁਸੀਂ ਦੇਣਾ ਤੇ ਗੁਰੂ ਕਾ ਖਾਲਸਾ ਹੀ ਨਹੀਂ ਉਸ ਵੇਲੇ ਜਿਹੜੇ ਬਾਕੀ ਮਤਾਂ ਮਜ਼ਬਾਂ ਦੇ ਲੋਕ ਸੀ ਉਹਨਾਂ ਨੂੰ ਵੀ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਉਹਨਾਂ ਨੇ ਇਹ ਜ਼ਮੀਨਾਂ ਅਲਾਟ ਕੀਤੀਆਂ ਸੀ ਇਹ ਉਦੋਂ ਦੀਆਂ ਜ਼ਮੀਨਾਂ ਜ਼ਿਮੀਂਦਾਰਾਂ ਦੇ ਕੋਲ ਸਾਡੇ ਇਹ ਪੰਜਾਬ ਦੇ ਵਿੱਚ ਤੇ ਹੋਰ ਜਿਹੜੇ ਐ ਇੱਧਰ ਉੱਧਰ ਐ ਉਹ ਸਾਰੀਆਂ ਬਾਬਾ ਬੰਦਾ ਸਿੰਘ ਬਹਾਦਰ ਦੀ ਸੋਚ ਸੀ ਜੀ ਐਂ ਦੇਖੋ ਕਿ ਅੱਜ ਗੁਰੂ ਦੀ ਲਾਡਲੀ ਫੌਜ ਉਸੇ ਚੀਜ਼ ਲਈ ਲੜ ਰਹੀ ਹੈ ਰਲ ਮਿਲ ਕੇ ਦੂਜਿਆਂ ਦੇ ਨਾਲ ਉਸੇ ਹੱਕ ਲਈ ਉਹ ਲੜ ਰਹੇ ਕਿੰਨੀ ਵੱਡੀ ਗੱਲ ਹੈ ਕਿਸ ਤਰ੍ਹਾਂ ਇਤਿਹਾਸ ਅਮ ਦਿ ਲੈ ਕੇ ਨਾ ਫੁੱਲ ਸਰਕਲ ਆ ਜਾਂਦਾ ਇੱਕ ਇੱਕ ਕਿਸਮ ਦਾ ਭਾਈ ਸਾਹਿਬ ਭਾਈ ਧਰਮਵੀਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਮੈਂ ਸ਼ੁਕਰਗੁਜ਼ਾਰ ਕਰਦੀ ਆ ਧੰਨਵਾਦ ਕਰਦੀ ਆ ਕਿ ਤੁਸੀਂ ਸਾਡੇ ਨਾਲ ਜੁੜੇ ਅਮ ਇਸ ਮੌਕੇ ਤੇ ਸਾਨੂੰ ਇੰਨੀ ਅਮ ਇੰਨਾ ਵਧੀਆ ਪ੍ਰਚਾਰ ਕੀਤਾ ਸਾਡੇ ਸਾਰੇ ਦਰਸ਼ਕਾਂ ਦੇ ਤਰਫੋਂ ਮੈਂ ਤੁਹਾਡਾ ਇੱਕ ਵਾਰੀ ਫਿਰ ਥੈਂਕ ਯੂ ਕਰੀ ਥੈਂਕ ਯੂ ਫॉर ਜੁਆਇਨਿੰਗ ਅਸ ਤੇ ਅਮ ਇਸ ਤਰ੍ਹਾਂ ਜ਼ਰੂਰ ਵਾਪਸ ਆ ਕੇ ਸਾਡੇ ਨਾਲ ਇਹ ਤੁਸੀਂ ਗਿਆਨ ਜ਼ਰੂਰ ਸ਼ੇਅਰ ਕਰੋ ਬਟ ਅੱਜ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਜੀ ਤੇ ਜਨਨ ਦੇ ਮੀ ਵੀਰਸ ਨਹੀਂ ਕਹਾਂ ਚੰਨੀਆ ਮਾਫੀ ਮੰਗਨੀ ਆ ਤੁਹਾਡੀ ਕਾਲਸ ਨਹੀਂ ਚੁੱਕ ਹੋਈਆਂ ਅੰਮ ਇੰਨੀ ਵਧੀਆ ਡਿਸਕਸ਼ਨ ਚੱਲ ਰਹੀ ਸੀ ਅਪੋਲੋਜੀਸ ਤੁਸੀਂ ਜ਼ਰੂਰ ਸਾਨੂੰ ਲਿਖ ਸਕਦੇ ਹੋ info@justbroadcasting.com ashmita@justbroadcasting.com ਤੇ ਇਸੇ ਤਰ੍ਹਾਂ ਕੱਲ ਮਿਲਾਂਗੇ ਹੁਣ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ